पंजाबी पॉडकास्ट विच तुहाडा स्वागत। मैं हाँ संगतार। इस हफ्ते वाले एपीसोड दे विच साडे नाल गलबात करनगे रणजीत बाबा हुणी। पंजाबी पॉडकास्ट नूं लाइक करो, कॉमेंट करो, फॉलो करो, सबसक्राइब करो ते जिन्ना भी हो सकता शेयर करो। ते आओ जी शुरू करदे आं पंजाबी पॉडकास्ट। ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ? ਚਲੋ ਬਹੁਤ ਵਧੀਆ ਵਧੀਆ ਚਾਹੀਦਾ। ਤੇ ਕੀ ਹੋ ਰਿਹਾ ਫਿਰ ਅੱਜ ਕੱਲ? ਬਸ ਕੁਛ ਨਹੀਂ ਭਾਜੀ, ਹੁਣ ਦਾ ਹਾਲ ਦੀ ਘੜੀ ਤਾਂ ਟਾਈਮ ਹੀ ਪਾਸ ਹੋ ਰਿਹਾ। ਥੋੜਾ ਜਿਹਾ ਮਾਹੌਲ ਪੰਜਾਬ ਦਾ ਤੁਹਾਨੂੰ ਪਤਾ ਹੀ ਆ ਕਿ ਜਿੱਦਾਂ ਸਿੱਧੂ ਮੂਸੇਵਾਲੇ ਕਰਕੇ ਬਾਈ ਯਾਰ, ਜਦੋਂ ਨਾ 29 ਮਈ ਤੋਂ ਬਾਅਦ, ਅੱਜ ਮੈਂ ਪਹਿਲੀ ਪੋਡਕਾਸਟ ਰਿਕਾਰਡ ਕਰ ਰਿਹਾ, ਹੋਇਆ ਬਹੁਤ ਮਾੜਾ। ਅਸੀਂ ਤਾਂ ਉਹਦੇ, ਮੈਂ ਜਿੱਦਾਂ ਉਹਦੇ ਮੰਮੀ ਡੈਡੀ ਨੂੰ ਮਿਲ ਕੇ ਆਇਆ ਸੀ, ਮੈਂ ਉਹਨਾਂ ਦਿਨਾਂ 'ਚ ਕੈਨੇਡਾ ਸੀ ਜਦੋਂ ਉਹਦੀ ਡੈਥ ਹੋਈ। ਔਰ ਫਿਰ ਮੈਂ ਤਾਂ ਸਪੈਸ਼ਲ ਇੱਥੋਂ ਗਿਆ ਵੀ ਸੀਗਾ, ਕਿਉਂਕਿ ਉਹ ਮੈਨੂੰ ਲੱਗਦਾ ਕਿ ਕਦੀ ਇੱਦਾਂ ਹੋਇਆ ਹੀ ਨਹੀਂ ਸੀ। ਆਪਣਾ ਤਾਂ ਕੰਮ ਹੀ ਇੰਨਾ ਲੋਕਾਂ ਨੂੰ ਹਸਾਉਣ ਵਾਲਾ, ਲੋਕਾਂ ਨੂੰ ਨਚਾਉਣ ਵਾਲਾ, ਲੋਕਾਂ ਨੂੰ ਦਿਲ ਖੁੱਲ੍ਹਾ ਕੇ ਰੱਖਣ ਵਾਲਾ ਕੰਮ ਆ ਆਪਣਾ। ਹਾਂਜੀ, ਪਰ ਇੱਦਾਂ ਦੀਆਂ ਚੀਜ਼ਾਂ, ਮੈਨੂੰ ਲੱਗਦਾ ਕਿ ਤੁਹਾਡਾ ਤਾਂ ਤਜਰਬਾ ਸਾਡੇ ਤੋਂ ਕਿਤੇ ਵੱਧ ਆ, ਪਰ ਇਹ ਸੁਣਨ 'ਚ ਤਾਂ ਵੇਖਣ 'ਚ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਹਾਂਜੀ ਹਾਂਜੀ, ਪਰ ਜੀਵ ਨੀ ਕਰਦਾ ਉਹਨਾਂ ਨੂੰ ਕਹਿਣ ਦਾ ਜਿਹਨਾਂ ਦਾ ਜਵਾਨ ਪੁੱਤ ਇੱਦਾਂ ਚਲ ਗਿਆ। ਹਾਂਜੀ, ਬਹੁਤ ਔਖਾ ਮੈਨੂੰ ਪਤਾ ਸਰਦਾਰ ਭਾਜੀ, ਮੈਂ ਜਦੋਂ, ਮੈਨੂੰ ਯਾਦ ਆ ਮੈਂ 5-5.5 ਸਾਲ ਦਾ ਸੀਗਾ ਸ਼ਾਇਦ, ਇੰਨੀ ਹਾਂ 4-5 ਸਾਲ, 5-6 ਸਾਲ ਦਾ ਉਮਰ ਦੀ ਸੀ ਸੀਗਾ ਜਦੋਂ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਦੁਨੀਆਂ ਤੋਂ। ਤਾਂ ਉਹ ਮੈਨੂੰ ਪਤਾ ਕਿ ਅਸੀਂ ਜਿਉਂ ਜਿਉਂ ਗਰੋਹ ਹੋਏ ਹਾਂ ਤਿਉਂ ਤਿਉਂ ਅਸੀਂ ਉਹ ਜਿਹੜਾ ਇੱਕ ਕਮੀ, ਜਿਹੜੀ ਪਿਓ ਦੀ ਕਮੀ ਆ, ਜਾਂ ਸਾਡੇ ਬਾਪੂ ਜੀ ਦਾਦਾ ਜੀ ਉਹਨਾਂ ਦੇ ਜਿਹੜਾ ਪਹਾੜ ਟੁੱਟਿਆ, ਇਕੱਲੇ ਇਕੱਲੇ ਮੇਰੇ ਫਾਦਰ ਸਾਹਿਬ ਸੀਗੇ, ਜਾਂ ਸਾਡੇ ਮੰਮੀ, ਮੈਨੂੰ ਲੱਗਦਾ ਕਿ ਇੱਕ ਬੰਦਾ ਜਿਹੜਾ ਚਲਾ ਜਾਂਦਾ ਆ ਉਹਦੇ ਜਾਣ ਤੋਂ ਬਾਅਦ ਜਿਹੜਾ ਸਿਰਫ ਇੱਕ ਪਰਿਵਾਰ ਸਫ਼ਰ ਕਰਦਾ, ਇੱਕ ਪਰਿਵਾਰ 'ਤੇ ਜੋ ਬੀਤਦੀ ਆ, ਉਹ ਮੈਨੂੰ ਲੱਗਦਾ ਵੀ ਭਾਵੇਂ ਸਾਰੀ ਦੁਨੀਆ ਤੁਹਾਡੇ ਘਰੇ ਆ ਕੇ ਬੈਠ ਜੇ ਤਾਂ ਵੀ ਤੁਹਾਡਾ ਦੁੱਖ ਜਿਹੜਾ ਆ ਉਹ ਘੱਟ ਨਹੀਂ ਕੋਈ ਕਰ ਸਕਦਾ, ਭਾਵੇਂ ਜਿੱਡਾ ਕੋਈ ਮਰਜ਼ੀ ਆ ਕੇ ਤੁਹਾਨੂੰ ਹੌਸਲਾ ਦੇ ਜਾਵੇ, ਜਿੰਨਾ ਕੋਈ ਮਰਜ਼ੀ ਤੁਹਾਨੂੰ ਹੁਣ ਵੀ। ਔਰ ਮੈਂ ਇਹ ਸਮਝਦਾ ਕਿ ਬਹੁਤ ਸਾਲਾਂ ਤੱਕ ਲੋਕ ਤਾਂ ਤੁਹਾਨੂੰ ਤਰਸ ਦੀ ਨਿਗਾਹ ਨਾਲ, ਉਹ ਇੱਕ ਸਿੰਪਤੀ ਜੀ ਦੀ ਨਿਗਾਹ ਨਾਲ ਹੀ, ਮੈਨੂੰ ਲੱਗਦਾ ਕਿ ਇੱਕ ਜਿਹੜੀ ਪੀੜ੍ਹੀ ਆ ਉਹ ਇੱਦਾਂ ਹੀ ਲੰਘ ਜਾਂਦੀ ਆ ਬਸ, ਜਦੋਂ ਕੋਈ ਜਵਾਨ ਪੁੱਤ ਘਰੋਂ ਚਲਾ ਜਾਵੇ। ਜਦੋਂ ਕਿਸੇ ਵੀ ਬੱਚੇ ਦਾ ਮਾਂ ਬਾਪ, ਖਾਸ ਕਰਕੇ ਬਹੁਤ ਬਚਪਨ ਦੇ ਵਿੱਚ ਸਿਰ ਤੋਂ ਸਾਇਆ ਉੱਠ ਜਾਂਦਾ, ਉਹਦੇ ਲਈ ਬਹੁਤ ਮੁਸ਼ਕਲ ਆ ਆਪਣਾ ਜੀਵਨ ਕੱਟਣਾ ਤੁਰਨਾ। ਪਰ ਜਦੋਂ ਮਾਪਿਆਂ ਦੇ ਹੁੰਦੇ ਹੁੰਦੇ ਜਵਾਨ ਬੱਚਾ ਚਲਾ ਜਾਂਦਾ ਜੀ, ਤੇ ਮਾਂ ਬਾਪ ਨੂੰ ਆਪਣੇ ਬੱਚੇ ਦਾ ਦੁੱਖ ਸਹਿਣਾ, ਉਹ ਤੋਂ ਵੀ ਬੜੀ ਗੱਲ ਆ। ਕੁਛ ਕਹਿਣ ਨੂੰ ਹੈ ਹੀ ਨਹੀਂ, ਤੁਸੀਂ ਇਹ ਸੋਚ ਲਓ ਵੀ ਸਟਿਲ ਹਾਲੇ ਤੱਕ ਵੀ ਜਦੋਂ ਪੰਜਾਬ 'ਚ ਵਿਚਰੀ ਦਾ ਆ, ਜਾਂ ਇੰਡਸਟਰੀ 'ਚ ਵੀ ਹੁਣ ਜਿਹੜੇ ਉੱਥੇ ਭਾਈਚਾਰੇ ਦੇ ਲੋਕ ਆਪਣੇ ਦੇ ਮਿਲਦੇ ਚੱਲਦੇ ਆ, ਕੋਈ ਗੱਲ ਨਹੀਂ ਹੁੰਦੀ ਕਰਨ ਨੂੰ, ਸਾਰਿਆਂ ਕੋਲ ਹੀ, ਸਾਰਿਆਂ ਦੇ ਵਿੱਚ ਹੀ ਇੱਕ, ਜਿੱਦਾਂ ਇਹ ਲਾ ਲਓ ਤੁਸੀਂ ਕਿ ਇੰਨਾ ਗਮ ਗੀਨ ਜਿਹਾ ਮਾਹੌਲ ਰਿਹਾ ਆ ਔਰ ਹੈ ਵੀ ਆ, ਕਿ ਚਲੋ ਪਰਮਾਤਮਾ ਪਤਾ ਨਹੀਂ ਕਦੋਂ ਸਾਰਾ ਕੁਛ ਠੀਕ ਕਰੂਗਾ। ਉਹ ਆ ਕਿ ਉਹੀ ਗੱਲ ਕਿ ਜਿਹੜਾ ਘਾਟਾ ਉਹਨਾਂ ਨੂੰ ਜਾਂ ਜੋ ਕਮੀ ਉਹਨਾਂ ਦੀ ਆ ਉਹ ਤਾਂ ਨਹੀਂ ਪੂਰੀ ਹੋ ਸਕਦੀ, ਬਾਕੀ ਤਾਂ ਦੁਨੀਆਦਾਰੀ ਜਿਹੜੀ ਆ ਉਹ ਚੱਲੀ ਜਾਣੀ, ਕੰਮ ਕਰ ਸਕਦੇ ਚੱਲੀ ਜਾਣੀ। ਨਹੀਂ ਇੱਦਾਂ ਹੁੰਦਾ ਨਾ, ਜਿੱਦਾਂ ਕੋਈ ਬੰਦਾ ਚਾਹੇ ਕੋਈ ਮਸ਼ਹੂਰ ਹੋਵੇ ਚਾਹੇ ਕੋਈ ਨਾ ਮਸ਼ਹੂਰ ਹੋਵੇ, ਜਦੋਂ ਕੋਈ ਬੰਦਾ ਮਸ਼ਹੂਰ ਹੁੰਦਾ ਤਾਂ ਉਹਦੇ ਬਹੁਤ ਸਾਰੇ ਲੱਖਾਂ ਕਰੋੜਾਂ ਫੈਨ ਵੀ ਹੋ ਸਕਦੇ ਆ, ਉਹਦੇ 10 ਫੈਨ ਵੀ ਹੋ ਸਕਦੇ ਆ ਜੀ, ਤੇ ਉਹਨਾਂ ਨੂੰ ਵੀ ਬੜਾ ਦੁੱਖ ਹੁੰਦਾ। ਪਰ ਜਿਹੜੇ ਮਾਂ ਬਾਪ ਹੁੰਦੇ ਆ ਉਹਨਾਂ ਦੇ ਭਾਵੇਂ ਕੁਛ ਵੀ ਨਾ ਕਰੇ ਨਿਆਣਾ, ਉਹਨਾਂ ਨੂੰ ਨਹੀਂ ਹੁੰਦਾ ਇਹਦੇ ਨਾਲ। ਨਾ ਨਾ ਨਾ, ਬਹੁਤ ਬਹੁਤ, ਉਹ ਤਾਂ ਹੈ ਵੀ ਇਕੱਲਾ ਇਕੱਲਾ ਸੀਗਾ, ਤਾਂ ਹੋਰ ਵੀ ਜ਼ਿਆਦਾ ਇੱਕ ਦੁੱਖ ਵਾਲੀ ਗੱਲ ਆ। ਬਸ ਜੀ ਇਹ ਆ ਕਿ ਜਿਹੜਾ ਸੰਗੀਤ ਆ ਇਹ ਜੋੜਨ ਵਾਲੀ ਚੀਜ਼ ਆ, ਤੇ ਦੁਨੀਆਂ ਦੇ ਵਿੱਚ ਸੁੱਖ ਸ਼ਾਂਤੀ ਜੇ ਵਸੀ ਰਹੇ। ਹਾਂਜੀ ਭਾਜੀ, ਹਰ ਇੱਕ ਬੰਦੇ ਨੂੰ ਨਾ ਪੋਟੈਂਸ਼ੀਅਲ ਉਹਦਾ ਜਿਹੜਾ ਉਹ ਪੂਰਾ ਦਿਖਾਲਣ ਦਾ ਸਮਾਂ ਮਿਲੇ, ਹਨਾ ਜੀ ਜੀ, ਜਿਹੜਾ ਕ੍ਰੀਏਟਿਵ ਬੰਦਾ ਆ ਉਹਦੀ ਬਹੁਤ ਬੜੀ ਦੇਣ ਹੁੰਦੀ ਆ, ਪਤਾ ਨਹੀਂ ਉਹਨੇ ਕੀ ਕੀ ਕਰ ਦੇਣਾ ਜੇ ਆਪਾਂ ਉਹਨੂੰ ਸਮਾਂ ਦੇ ਦਈਏ।
ਹਨਾ ਜੀ ਬਿਲਕੁਲ ਬਿਲਕੁਲ ਸੰਗੀਤਾਂ ਨਾਲੇ ਚੀਜ਼ ਹੀ ਇਦਾਂ ਦੀ ਆ ਜੀ ਜਿਉਂ-ਜਿਉਂ ਇੱਕ ਕਲਾਕਾਰ ਗਰੋ ਕਰਦਾ ਹੈ ਜਿਉਂ-ਜਿਉਂ ਕਲਾਕਾਰ ਆਪਣੀ ਉਮਰ ਵੱਲ ਵੱਧਦਾ ਹੈ ਤਿਉਂ-ਤਿਉਂ ਉਹ ਨਿਖਰਦਾ ਜਾਂਦਾ ਹੈ ਨਿਖਰਦਾ ਜਾਂਦਾ ਤਿਉਂ-ਤਿਉਂ ਉਹਦੇ ਵਿੱਚ ਜਿਹੜੀ ਆ ਸਹਿਜਤਾ ਆਉਂਦੀ ਜਾਂਦੀ ਹੈ ਔਰ ਸਹਿਜਤਾ ਜਿਹੜੀ ਆ ਉਹ ਕਲਾ ਨੂੰ ਹੋਰ ਜ਼ਿਆਦਾ ਨਿਖਾਰਦੀ ਹੈ ਮਤਲਬ ਕਲਾਕਾਰ ਨਾਲ ਜੁੜ ਜਾਂਦੇ ਜੁੜ ਜਾਂਦੇ ਜਿਹੜੇ ਲੋਕ ਇੱਕ ਜੁੜੇ ਹੁੰਦੇ ਤੁਹਾਡੇ ਨਾਲ ਔਰ ਫਿਰ ਕਿਤੇ ਨਾ ਕਿਤੇ ਨਾ ਇਹ ਵੀ ਹੋ ਜਾਂਦਾ ਇੱਕ ਜਿਹੜਾ ਤੁਹਾਨੂੰ ਸੁਣਨ ਵਾਲਾ ਜਾਂ ਚਾਹੁਣ ਵਾਲਾ ਉਹਦੇ ਦਿਲ ਤੇ ਬੜਾ ਡੂੰਘਾ ਅਸਰ ਪੈਂਦਾ ਇਹਨਾਂ ਚੀਜ਼ਾਂ ਦਾ ਮੈਨੂੰ ਖੈਰ ਸਾਡਾ ਮੇਰਾ ਤਾਂ ਬਹੁਤਾ ਵੱਡਾ ਤਜਰਬਾ ਵੀ ਨਹੀਂ ਹੈ ਜਾਂ ਅਜੇ ਸਾਲ ਹੀ ਕੋਈ 8-9 ਹੋਏ ਆ ਬਹੁਤ ਸਾਲਾਂ 'ਚ ਇਹ ਬਿਲਕੁਲ ਮੈਂ ਇਹ ਚੀਜ਼ ਬਿਲਕੁਲ ਆ ਹੁਣ ਵੀ ਅਸੀਂ ਹੁਣ ਆਹ ਸੀਜ਼ਨ ਦਾ ਇੱਕ ਸ਼ੋਅ ਬੁੱਕ ਕੀਤਾ ਆ ਸਾਡੇ ਮੁੰਡਿਆਂ ਕੋਲ ਗਲਤੀ ਨਾਲ ਜਿੱਦਾਂ 1-1.5 ਤੇ 2 ਸ਼ੋਅ ਫੜੇ ਜਾਂਦੇ ਆ ਕਿ ਉਹ ਗੱਲਬਾਤ ਨਹੀਂ ਉਹਨਾਂ ਦੀ ਆਪਸ 'ਚ ਹੋਈ ਹਾਂਜੀ ਤਾਂ ਫਿਰ ਅਸੀਂ ਉਹਨਾਂ ਨੂੰ ਕਨਵਿੰਸ ਕੀਤਾ ਉਹ ਕਹਿੰਦੇ ਕਿ ਨਹੀਂ ਉਹ ਦੋਨੇ ਹੀ ਹੁਣ ਦੋਨਾਂ ਨੂੰ ਮਨਾਉਣਾ ਬਹੁਤ ਔਖਾ ਸੀਗਾ ਫਿਰ ਅਸੀਂ ਉਹਨਾਂ ਨੂੰ ਪੈਸੇ ਮਤਲਬ ਕਾਫੀ ਛੱਡ ਕੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਅਗਲੇ ਦਿਨ ਅਸੀਂ ਹੁਣ ਆਵਾਂਗੇ ਤੇ ਉਹ ਇਹ ਹੁੰਦਾ ਕਿ ਜਿਹੜਾ ਚਾਹੁਣ ਵਾਲਾ ਪਹਿਲੀ ਵੇਖੋ ਪਹਿਲੀ ਆਫਰ ਕਲਾਕਾਰ ਇਹੀ ਦਿੰਦਾ ਜੇ ਕੋਈ ਕਲਾਕਾਰ ਹੋਰ ਕਰਾ ਦਿੰਦਾ ਕਿਉਂਕਿ ਸੋ ਮੈਨੂੰ ਲੱਗਦਾ ਕਿ ਜਿਹੜਾ ਇੱਕ ਚਾਹੁਣ ਵਾਲਾ ਜਾਂ ਜਿਹੜਾ ਇੱਕ ਜਿਸ ਬੰਦੇ ਨੇ ਵੀ XYZ ਕਿਸੇ ਵੀ ਕਲਾਕਾਰ ਨੂੰ ਮੰਨ ਲਓ ਸਪੋਜ਼ ਉਹਨੇ ਸੁਣਨਾ ਹੈ ਜਾਂ ਕੀਤਾ ਹੈ ਹਾਂਜੀ ਉਹਦੀ ਗਰਾਰੀ ਉੱਥੇ ਫਸ ਗਈ ਆ ਉਹ ਤੋਂ ਬਾਅਦ ਉਹਨੂੰ ਮੈਨੂੰ ਲੱਗਦਾ ਕੋਈ ਚੰਗਾ ਨਹੀਂ ਹੋਰ ਲੱਗਦਾ ਭਾਵੇਂ ਤੁਸੀਂ ਉਹਨੂੰ ਦੱਸ ਨਹੀਂ ਉਹਦੀ ਜ਼ਿੰਦਗੀ ਦੀ ਇਹ ਇੱਛਾ ਹੁੰਦੀ ਆ ਸਾਡੇ ਨਾਲ ਬਹੁਤ ਇੱਦਾਂ ਹੁੰਦਾ ਕਿ ਉਹਦੇ ਬੰਦਿਆਂ ਦੀ ਇੱਛਾ ਹੁੰਦੀ ਕਿ ਮੈਂ ਆਪਣੇ ਵਿਆਹ ਤੇ ਮਨਮੋਹਨ ਵਾਰਸ ਨੂੰ ਸੱਦਣਾ ਹਨਾ ਸਾਡੇ ਉਸਤਾਦ ਜੀ ਸ੍ਰੀ ਜਸਵੰਤ ਸਿੰਘ ਭੰਬਰਾ ਜੀ ਉਹ ਸਾਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਤੇ ਅਸੀਂ ਇਹ ਸਦਾ ਗੱਲ ਇਹ ਯਾਦ ਰੱਖਦੇ ਹਾਂ ਉਹ ਕਹਿੰਦੇ ਦੇਖੋ ਜਦੋਂ ਤੁਸੀਂ ਕੋਈ ਕੰਮ ਰੋਜ਼ ਕਰਦੇ ਨਾ ਉਹ ਤੁਹਾਡਾ ਰੁਟੀਨ ਬਣ ਜਾਂਦਾ ਕਿਉਂਕਿ ਜਿਹੜਾ ਮੋਹਰਲਾ ਬੰਦਾ ਆ ਉਹਦੇ ਲਈ ਉਹ ਆਮ ਗੱਲ ਹਾਂ ਜੇ ਤਾਂ ਤੁਸੀਂ ਇੰਨਾ ਸਮਝ ਸਕਦੇ ਆ ਕਿ ਮੈਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਅੱਜ ਬਹੁਤ ਬੜੀ ਯਾਦ ਬਣਾਉਣ ਲਈ ਚੱਲਿਆ ਫਿਰ ਤਾਂ ਚਲੇ ਜਾਓ ਹਨਾ ਤੇ ਜੇ ਤੁਸੀਂ ਜਾ ਕੇ ਉੱਥੇ ਉਹੀ ਰੁਟੀਨ ਕਰਨਾ ਜੋ ਅੱਗੇ ਰੋਜ਼ ਕਰਦੇ ਆ ਤਾਂ ਫਿਰ ਕੀ ਲੋੜ ਆ ਫਿਰ ਅਗਲੇ ਦਾ ਤੁਸੀਂ ਕਿਉਂ ਇਦਾਂ ਖਰਾਬ ਕਰਦੇ ਹੋ ਔਰ ਭਾਜੀ ਉਹੀ ਗੱਲ ਆ ਮੈਨੂੰ ਲੱਗਦਾ ਕਿ ਇੰਨਾ ਲੰਬਾ ਚੱਲਣ ਦਾ ਜਾਂ ਇੰਨਾ ਜ਼ਿਆਦਾ ਮੈਨੂੰ ਲੱਗਦਾ ਕਿ ਜਿਹੜੀ ਇੱਕ ਪਿਆਰ ਆ ਮੁਹੱਬਤ ਆ ਲੋਕਾਂ ਦੀ ਉਹ ਇਹੀ ਆ ਕਿ ਜਦੋਂ ਤੁਸੀਂ ਆਪਣੇ ਕੰਮ ਪ੍ਰਤੀ ਇੰਨੇ ਇਮਾਨਦਾਰ ਆ ਤੇ ਮੈਨੂੰ ਲੱਗਦਾ ਅਗਰ ਤੁਸੀਂ ਆਪਣੇ ਕੰਮ ਪ੍ਰਤੀ ਇਮਾਨਦਾਰ ਨਹੀਂ ਆ ਤਾਂ ਕਿਤੇ ਨਾ ਕਿਤੇ ਫਿਰ ਕੰਮ ਵੀ ਤੁਹਾਡੇ ਤੋਂ ਖਹਿੜਾ ਛਡਾ ਲੈਂਦਾ ਹਾਂਜੀ ਹਾਂਜੀ ਛਡਾ ਲੈਂਦਾ ਨਹੀਂ ਮੈਨੂੰ ਇਸ ਗੱਲ ਦੀ ਯਾਰ ਬਹੁਤ ਖੁਸ਼ੀ ਹੁੰਦੀ ਆਪਾਂ ਤੁਹਾਡੇ ਨਾਲ ਬੜੇ ਪਹਿਲਾਂ ਤੋਂ ਕੰਮ ਸ਼ੁਰੂ ਕੀਤਾ ਜਦੋਂ ਦੇ ਤੁਸੀਂ ਕਰਨ ਲੱਗੇ ਆ ਤੇ ਉਹ ਇਸੇ ਕਰਕੇ ਕਿ ਰਣਜੀਤ ਜਿਹੜੇ ਨਵੇਂ ਆਰਟਿਸਟ ਆ ਨਾ ਉਹਨਾਂ ਦੇ ਵਿੱਚ ਸੁਹਿਰਦਗੀ ਵਾਲੇ ਬਹੁਤ ਘੱਟ ਮਿਲਦੇ ਆ ਜੀ ਭਾਜੀ ਮੈਂ ਤਾਂ ਨਾ ਹੁਣ ਵੀ ਚਲੋ ਖੈਰ ਆਪਣੇ ਬਹੁਤ ਸਾਰੇ ਮੁੰਡੇ ਜਿੱਦਾਂ ਚੰਡੀਗੜ੍ਹ ਮੋਹਾਲੀ ਜਾਂ ਹੋਰ ਵੀ ਜਦੋਂ ਕਿਤੇ ਸ਼ੋਅ ਲਾਉਣ ਜਾਈਦਾ ਤੁਹਾਨੂੰ ਨਵੇਂ ਮੁੰਡੇ ਮਿਲਦੇ ਮੈਨੂੰ ਕੱਲ੍ਹ ਪਰਸੋਂ ਇੱਥੇ ਇੱਕ ਮੁੰਡਾ ਮਿਲ ਪਿਆ ਮੈਂ ਕੌਫੀ ਪੀਤਾ ਸੀ ਤੇ ਉਹਨੇ ਮੈਨੂੰ ਪਛਾਣ ਲਿਆ ਤੇ ਉਹਨੇ ਗੱਡੀ ਦਾ ਸ਼ੀਸ਼ਾ ਨੌਕ ਕੀਤਾ ਤੇ ਮੈਨੂੰ ਕਹਿੰਦਾ ਕਿ ਭਾਜੀ ਗੱਲ ਕਰ ਸਕਦੇ ਮੈਂ ਕਿਹਾ ਵੀ ਕੋਈ ਨਹੀਂ ਯਾਰ ਵੀ ਆ ਜਾ ਤੂੰ ਮੈਂ ਮੈਨੂੰ ਕਹਿੰਦਾ ਵੀ ਮੈਂ ਵੀ ਗਾਉਂਦਾ ਆ ਤੇ ਗਾਉਣ ਦਾ ਮੈਨੂੰ ਸ਼ੌਂਕ ਆ ਤੇ ਮੈਂ ਤੁਸੀਂ ਮੈਨੂੰ ਕੋਈ ਟਿਪਸ ਦਿਓ ਮੈਂ ਕਿਹਾ ਵੀ ਯਾਰ ਛੋਟੇ ਵੀਰ ਵੀ ਟਿਪਸ ਤਾਂ ਮਤਲਬ ਜਿਹੜੀ ਆ ਉਹ ਮੈਨੂੰ ਲੱਗਦਾ ਵੀ ਬੜੀ ਇੱਕ ਵੱਡੀ ਚੀਜ਼ ਹੋ ਜਾਣੀ ਪਰ ਮੈਂ ਇੱਕ ਸਲਾਹ ਦੇ ਸਕਦਾ ਕਿ ਜਿੱਦਾਂ ਨਰਿੰਦਰ ਸਿੰਘ ਕਪੂਰ ਲਿਖਦੇ ਆ ਕਿ ਕੋਈ ਵੀ ਜਦੋਂ ਤੁਸੀਂ ਕੰਮ ਸ਼ੁਰੂ ਕਰਦੇ ਆ ਤਾਂ ਉਹਦਾ ਮਤਲਬ ਇਹ ਹੋ ਗਿਆ ਵੀ ਤੁਸੀਂ ਆਪਣੀ ਦੁਕਾਨ ਦਾ ਸ਼ਟਰ ਚੁੱਕ ਦਿੱਤਾ ਹਨਾ ਕਿ ਉਹ ਤੁਹਾਡੀ ਇੱਕ ਦੁਕਾਨ ਜਿਹੜੀ ਆ ਉਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦੇ ਦਾ ਆਹ ਕੰਮ ਆ ਤੇ ਜੇ ਉਹ ਦੁਕਾਨ ਦੇ ਵਿੱਚ ਤੁਸੀਂ ਕੋਈ ਸੌਦਾ ਨਾ ਰੱਖਿਆ ਜਾਂ ਜਾਂ ਤੁਹਾਡੇ ਕੋਲ ਕੋਈ ਕੰਮ ਹੀ ਨਾ ਆਇਆ ਤਾਂ ਫਿਰ ਉਹ ਸ਼ਟਰ ਬੰਦ ਕਰਨਾ ਬਹੁਤ ਔਖਾ ਆ ਖੋਲਣਾ ਬਹੁਤ ਸੌਖਾ ਆ ਹਨਾ ਤੇ ਮੈਂ ਉਹੀ ਮੈਂ ਸਲਾਹ ਦਿੰਦਾ ਕਿ ਜਿਸ ਕਲਾਕਾਰ ਨੂੰ ਵੇਖੋ ਸਟੂਡੀਓ ਦੇ ਵਿੱਚ ਵੀਡੀਓ ਮਹਿੰਗੀ ਆ ਜਾਂ ਕੋਲੈਬੋਰੇਸ਼ਨ ਜ਼ਰੂਰ ਤੁਸੀਂ ਕਰੋ ਦੇਖੋ ਹਰ ਕਿਸੇ ਦੀ ਆਪਣੀ ਆਪਣੀ ਪਹੁੰਚ ਹੈ ਜਾਂ ਆਪਣੀ ਆਪਣੀ ਸਮਝਦਾਰੀ ਹੋ ਸਕਦੀ ਹੈ ਕੋਈ ਵੀ ਬੰਦੇ ਦਾ ਕੋਈ ਵੀ ਪਿਆਰਾ ਹੋ ਸਕਦਾ ਕਿ ਕੋਈ ਵੀ ਆਪਣੇ ਪਰ ਮੈਨੂੰ ਇਹ ਮੈਂ ਸ਼ੁਰੂ ਤੋਂ ਜਿੱਦਾਂ ਅਸੀਂ ਸੁਣਿਆ ਜਾਂ ਅਸੀਂ ਦੇਖਿਆ ਆਪਣੇ ਵੱਡਿਆਂ ਨੂੰ ਜਿਹੜੇ ਕਲਾਕਾਰ ਜਿੱਦਾਂ ਭਾਜੀ ਵਾਰਸ ਹੋ ਗਏ
ਗੁਰਦਾਸ ਭਾਜੀ ਹੋ ਗਏ ਜਾਂ ਜਿੰਨੇ ਵੀ ਸਾਡੇ ਸੀਨੀਅਰ ਆ, ਸੋ ਉਹਨਾਂ ਤੋਂ ਇਹ ਚੀਜ਼ ਸਿੱਖੀ ਕਿ ਜਿਸ ਬੰਦੇ ਨੂੰ ਸਟੇਜ ਤੇ ਘਰੋਂ ਨਿਕਲਣਾ ਕਲਾਕਾਰ ਦਾ ਬਹੁਤ ਜ਼ਰੂਰੀ ਆ ਕੰਮ ਲਈ। ਹਾਂਜੀ, ਜੇ ਕਲਾਕਾਰ ਸਵੇਰੇ ਉੱਠ ਕੇ ਰੋਜ਼ ਆਪਦੀਆਂ ਫੋਟੋਆਂ ਥੱਲੇ ਕਮੈਂਟ ਹੀ ਪੜੀ ਜਾਊਗਾ ਜਾਂ ਲਾਈਕ ਹੀ ਦੇਣ ਜਾਊਗਾ ਨਾ, ਤੇ ਉਹ ਇਹ ਚੀਜ਼ਾਂ, ਮਤਲਬ ਮੈਂ ਆਪਣੀਆਂ ਦੱਸ ਰਿਹਾ, ਮੈਂ ਕਿਸੇ ਨੂੰ ਕਿਸੇ ਦਾ ਨਹੀਂ ਕਹਿੰਦਾ ਕਿ ਮੰਨ ਲਓ ਮੇਰੇ ਵਰਗਾ ਬੰਦਾ, ਉਹ ਵੀ ਬਹੁਤ ਔਖਾ ਕੰਮ ਆ। ਸੋ ਮੈਂ ਕਿਹਾ ਵੀ ਉਹਦੇ ਲਈ ਵੀਰ ਇਹ ਆ ਕਿ ਤੁਸੀਂ ਗਾਣਾ ਉਦੋਂ ਰਿਕਾਰਡ ਕਰਾਇਓ ਜਿੱਦਣ ਤੁਹਾਨੂੰ ਇਹ ਲੱਗਿਆ ਵੀ ਤੁਸੀਂ ਮਾਈਕ ਫੜਨ ਚ ਪੂਰੇ ਯੋਗ ਆ, ਤੁਹਾਨੂੰ ਝਿਜਕਣੀ ਆ। ਹਾਂ, ਤੇ ਉਦਣ ਮੈਂ ਕਿਹਾ ਵੀ ਤੁਹਾਡਾ ਪੈਸਾ ਲਾਇਆ ਜਾਂ ਤੁਹਾਡਾ ਇਸ ਕੰਮ ਦੇ ਵਿੱਚ ਪੈਰ ਰੱਖਿਆ ਜਿਹੜਾ ਉਹ ਸਫਲ ਹੋ ਜਾਣਾ, ਕਿਉਂਕਿ ਕਲਾਕਾਰ ਨੂੰ ਲੋਕੀ ਉਦੋਂ ਪਾਸ ਕਰਦੇ ਆ ਜਦੋਂ ਕਲਾਕਾਰ ਮਾਈਕ ਫੜ ਕੇ ਪਹਿਲਾ ਸ਼ਬਦ ਬੋਲਦਾ ਆ, ਉਸ ਤੋਂ ਬਾਅਦ ਕਲਾਕਾਰ ਦੀ ਜਿਹੜੀ ਆ ਉਹ ਕਲਾਕਾਰ ਦਾ ਰਿਜ਼ਲਟ ਲੋਕਾਂ ਨੇ ਦੇਣਾ ਹੁੰਦਾ, ਗਾਣਾ ਚੱਲਣਾ ਜਾਂ ਗਾਣੇ ਦੇ ਵਿਊਜ਼ ਆਉਣੇ, ਉਹ ਹੋ ਸਕਦਾ ਕਲਾਕਾਰ ਨੂੰ ਪਾਪੂਲੈਰਿਟੀ ਮਿਲ ਜੇ, ਪਰ ਕਲਾਕਾਰ ਦੀ ਜਿਹੜੀ ਇੱਕ ਮੈਂਟਲੀ ਤੇ ਫਿਜ਼ੀਕਲੀ ਜਿਹੜੀ ਇੱਕ ਸੈਟੀਸਫੈਕਸ਼ਨ ਆ ਉਹ ਮੈਨੂੰ ਲੱਗਦਾ ਕਿ ਸਟੇਜ ਆ ਜਿਸ ਕਲਾਕਾਰ ਨੂੰ। ਹਾਂਜੀ, ਇੱਕ ਬੰਦਾ ਘਰ ਗਾਉਂਦਾ ਹਨਾ, ਇੱਕ ਬੰਦਾ ਸਟੇਜ ਤੇ ਗਾਉਂਦਾ, ਜਾਣੀ ਕਿ ਉਹੀ ਬੰਦਾ ਜਿੱਦਾਂ ਤੁਸੀਂ ਹੁਣ ਕਿਸੇ ਵਿਆਹ ਤੇ ਜਾਂਦੇ ਹੋ, ਕਹਿ ਨਹੀਂ ਦਿੰਦੇ ਯਾਰ ਸਾਡੇ ਮੁੰਡੇ ਨੇ ਵੀ ਇੱਕ ਗਾਣਾ ਗਾਣਾ, ਬੰਦਾ ਕਹਿੰਦਾ ਯਾਰ ਗਾ ਲੈ, ਉਹਦੀ ਗੱਲ ਦੇ ਵਿੱਚ ਇੱਕ ਪੋਲਿਸ਼ ਹੁੰਦਾ ਜਿੱਦਾਂ ਉਹ ਕਰਦਾ, ਜਿੱਦਾਂ ਸਾਡੇ ਪੰਜਾਬੀ ਵਾਲੇ ਸਰ ਕਹਿੰਦੇ ਹੁੰਦੇ ਸੀਗੇ ਝੋਨੇ ਵਾਲੇ ਪਿੰਡ ਪਰਾਲੀ ਤੋਂ ਦਿਸ ਜਾਂਦੇ ਆ, ਮਤਲਬ ਜਿਹੜਾ ਜਿਹੜਾ ਗੱਲ ਵਾਲਾ ਬੰਦਾ ਵੀ ਉਹਦਾ ਪਤਾ ਚੱਲ ਜਾਂਦਾ ਵੀ ਇਹਨੇ ਕਿੰਨੀ ਕੁ ਕਾਢ ਕੱਢਣੀ। ਪਰ ਮੈਨੂੰ ਇਹਦੇ ਕੋਈ ਗੱਲ ਹੋਰ ਯਾਦ ਆਈ ਆ, ਮੈਂ ਪਤਾ ਨੀ ਪਹਿਲਾਂ ਕਦੇ ਕੀਤੀ ਕਿ ਨਹੀਂ, ਇੱਕ ਨਾ ਆਰਟਿਸਟ ਸੀਗਾ ਇੱਦਾਂ ਦਾ ਜਿਹੜੀ ਤੂੰ ਗੱਲ ਕੀਤੀ ਆ, ਇੰਸਟਾਗ੍ਰਾਮ ਤੇ ਬੜਾ ਤਿੱਖਾ ਜੀ ਤੇ ਗਾਉਣ ਵੱਲ ਧਿਆਨ ਬਹੁਤ ਘੱਟ, ਤੇ ਉਹਦਾ ਇੱਕ ਗਾਣਾ ਚੱਲ ਗਿਆ। ਹਾਂਜੀ, ਤੇ ਗਾਣਾ ਚੱਲ ਗਿਆ ਤੇ ਸਾਡਾ ਉਹਦੇ ਨਾਲ ਉਹਦਾ ਬੜਾ ਪਿਆਰ ਸੀ, ਤੇ ਉਹ ਸਾਡੇ ਘਰ ਆ ਗਿਆ ਤੇ ਭਾਜੀ ਨੂੰ ਕਹਿੰਦਾ, ਮਨਮੋਹਨ ਹੋਣਾ ਨੂੰ ਕਹਿੰਦਾ, ਕਹਿੰਦਾ ਮੈਂ ਭਾਜੀ ਤੁਹਾਤੋਂ ਇੱਕ ਗੱਲ ਪੁੱਛਣੀ ਆ। ਹਾਂਜੀ, ਕਹਿੰਦਾ ਮੇਰਾ ਗਾਣਾ ਚੱਲ ਗਿਆ ਤੇ ਮੈਨੂੰ ਲੋਕ ਦੱਸਦੇ ਆ ਵੀ ਜਿਹੜਾ ਵਿਆਹਾਂ ਦੇ ਸ਼ੋਅ ਹੁੰਦੇ ਉੱਤੇ ਲੋਕ ਤੰਗ ਬਹੁਤ ਕਰਦੇ ਆ। ਹਾਂਜੀ, ਤੇ ਕਹਿੰਦਾ ਵੀ ਇਹਦੇ ਬਾਰੇ ਮੈਨੂੰ ਤੁਸੀਂ ਦੱਸੋ ਵੀ ਜਦੋਂ ਉਹ ਤੁਹਾਨੂੰ ਤੰਗ ਕਰਦੇ ਆ ਤਾਂ ਉਹਨਾਂ ਤੋਂ ਕਿੱਦਾਂ ਬਚਣਾ। ਹਾਂਜੀ, ਮਨਮੋਹਨ ਕਹਿੰਦਾ ਮੈਨੂੰ ਪਹਿਲਾਂ ਹਾਸਾ ਵੀ ਆਇਆ, ਕਹਿੰਦਾ ਮੈਂ ਹੱਸ ਪਿਆ ਤੇ ਕਹਿੰਦਾ ਮੈਂ ਉਹਨੂੰ ਇਹ ਕਿਹਾ। ਹਾਂਜੀ, ਕਹਿੰਦਾ ਮੈਂ ਕਿਹਾ ਦੇਖ ਬਈ ਸੱਦ ਕੇ ਤੰਗ ਬਾਅਦ ਚ ਕਰਦੇ ਆ, ਪਹਿਲਾਂ ਪਹਿਲਾਂ ਸੱਦਦੇ ਹੀ ਨਹੀਂ। ਇਹ ਵੀ ਤਾਂ ਵੱਡੀ ਗੱਲ ਆ ਵੀ ਜਿਹਨੂੰ ਸੱਦਣਗੇ ਆਪਣੇ ਚਾਹੁਣ ਵਾਲਿਆਂ ਚ ਜਾ ਰਹੇ ਯਾਰ। ਜਦੋਂ ਤੁਸੀਂ ਨਵੇਂ ਨਵੇਂ ਅਸੀਂ ਜਦੋਂ ਮੈਂ ਕਾਲਜ ਯੂਨੀਵਰਸਿਟੀ ਛੱਡੀ, ਹਾਂਜੀ, ਯੂਨੀਵਰਸਿਟੀ ਤੋਂ ਬਾਅਦ ਸਿੰਗਰ ਬਣ ਗਏ ਤਾਂ ਉਹ ਇੱਕ ਜਿੱਦਾਂ ਇਹ ਹੁੰਦਾ ਵੀ ਤੁਸੀਂ ਕੁਛ ਚੀਜ਼ਾਂ ਸੁਣੀਆਂ ਹੁੰਦੀਆਂ, ਕੁਛ ਚੀਜ਼ਾਂ ਤੁਸੀਂ ਵੇਖੀਆਂ ਹੁੰਦੀਆਂ, ਤਾਂ ਮੇਰੇ ਸਾਨੂੰ ਐਂ ਲੱਗਦਾ ਸੀਗਾ ਵੀ ਬਸ ਸ਼ੋਅ ਕਰੋ ਜਿੱਦਾਂ ਤੁਸੀਂ ਕੀਤਾ ਤੇ ਕਰਦੇ ਕਰਦੇ ਗੱਡੀ 'ਚ ਬਹਿ ਜਾਓ ਤੇ ਚੱਲ ਜਾਓ। ਉਹ ਅਸੀਂ ਨਾ ਇੱਕ ਵਾਰ ਏਦਾਂ ਚਲੋ ਕਿਤੇ ਕਿਤੇ ਤੇ ਸੈੱਟ ਬਹਿ ਗਿਆ, ਇੱਕ ਦੋ ਵਾਰੀ ਅਸੀਂ ਜਦੋਂ 2000 ਮੈਨੂੰ ਯਾਦ ਆ 15-16 ਦੀ ਗੱਲ ਆ, ਤੀਸਰਾ ਚੌਥਾ ਸੀਜ਼ਨ ਸੀਗਾ ਤੇ ਅਸੀਂ ਵੇਖਿਆ ਯਾਰ ਵੀ ਕਦੀ ਕੋਈ ਸਾਊਂਡ ਰੱਖ ਲੈਂਦਾ ਆ, ਵੀ ਕਦੀ ਕੋਈ ਤੁਹਾਡੀ ਗੱਡੀ ਅੱਗੇ ਪੈ ਜਾਂਦਾ ਆ, ਕਦੀ ਕੋਈ ਗੱਡੀ ਮਗਰ ਲਾ ਲੈਂਦਾ, ਵੀ ਚੱਕਰ ਕੀ ਹੈ, ਕਿਸੇ ਨੂੰ ਮਾੜਾ ਚੰਗਾ ਹੀ ਨਹੀਂ ਕਹੀਦਾ ਯਾਰ, ਕਿ ਮਤਲਬ ਕੋਈ ਤਾਂ ਕੋਈ ਉਹ ਫਿਰ ਅਸੀਂ ਵੇਖਿਆ ਵੀ ਅਸੀਂ ਤਾਂ ਯਾਰ ਦੱਸ ਕੀ ਨਹੀਂ ਆਉਂਦੇ, ਅਸੀਂ ਤਾਂ ਬਿਨਾਂ ਦੱਸੇ ਆ ਜਾਂਦੇ ਹਾਂ, ਉਹ ਅਗਲੇ ਸਾਜ਼ ਵੱਜਦੇ ਆ ਤੁਸੀਂ ਚੁੱਪ ਚ ਪੀਤੇ ਗੱਡੀ 'ਚ ਬਹਿ ਗਏ, ਇਹਨਾਂ ਅਗਲੇ ਕਲਾਕਾਰ ਲੱਭਦੇ ਰਹਿੰਦੇ ਫਿਰ ਉਹ ਤੁਹਾਡੇ ਮਗਰ ਚੜ੍ਹਦੇ ਆ। ਫਿਰ ਮੈਂ ਉਦੋਂ ਨਾ US ਆ ਗਿਆ, ਮੇਰਾ ਟੂਰ ਸੀ 2016 'ਚ, ਮੇਰਾ ਤਾਂ ਆਪਾਂ ਹੀ ਤੁਸੀਂ ਕੀਤਾ ਸੀ ਪਹਿਲਾ ਟੂਰ ਜਿਹੜਾ। ਹਾਂਜੀ ਹਾਂਜੀ ਹਾਂ, ਤੇ ਉਹ ਮੈਂ ਜਦੋਂ ਇਕੱਲਾ ਤਾਂ ਮੈਂ ਸੋਚਿਆ, ਮੈਂ ਕਿਹਾ ਯਾਰ ਵੀ ਚੱਕਰ ਕੀ ਆ, ਵੀ ਨਾ ਤਾਂ ਆਪਣੇ 'ਚ ਕੋਈ ਇੱਦਾਂ ਦੀ ਕੋਈ ਗੱਲਬਾਤ ਆ ਵੀ ਕਿਸੇ ਨੂੰ ਮੰਦਾ ਚੰਗਾ ਕਹੀਦਾ, ਨਾ ਕਦੀ ਕਿਸੇ ਨੂੰ ਕੋਈ ਬੁਰਾ ਭਲਾ ਕਿਹਾ। ਫਿਰ ਮੈਂ ਕਿਹਾ ਯਾਰ ਗੱਲ ਇਹ ਆ ਕਿ ਜਦੋਂ ਅਗਲਾ ਇੰਨੇ ਪੈਸੇ ਦਿੰਦਾ ਤੇ ਚੋਰਾਂ ਵਾਂਗੂ ਕਿਉਂ ਜਾਣਾ, ਉਹੀ ਗੱਲ ਭਾਜੀ ਉਹ ਚੀਜ਼ ਸੁਧਾਰੀ
ਅਗਲੇ ਨੂੰ ਦੱਸ ਕਹੀਦਾ ਕਿ ਭਾਜੀ 15-20 ਮਿੰਟ ਹੋਰ ਆ, ਚਲੋ ਇੰਨਾ ਟਾਈਮ ਹੋ ਗਿਆ, 2-2.5 ਘੰਟੇ ਹੋ ਗਏ, ਤੇ ਤੁਸੀਂ ਵੇਖ ਲਓ ਵੀ ਆਪਣਾ ਮਤਲਬ ਆ ਜਾਓ ਕੋਲ, ਵੀ ਕਈ ਵਾਰੀ ਬੰਦਾ ਉਰੇ ਪਰੇ ਗਿਆ ਹੁੰਦਾ। ਹਾਂ, ਉਹ ਦਿਨ ਜਾਏ, ਅੱਜ ਦਾ ਜਾਏ, ਮੈਨੂੰ ਲੱਗਦਾ ਵੀ ਚਲੋ ਟੱਚ ਵੁੱਡ ਮਾਲਕ ਕਿਰਪਾ ਰੱਖਣ ਸੱਚੇ ਪਾਤਸ਼ਾਹ, ਵੀ ਕਦੀ ਏਦਾਂ ਨੀ ਹੋਇਆ ਵੀ ਕੋਈ ਤੁਹਾਨੂੰ ਮੱਥੇ ਤਿਉੜੀ ਪਾ ਕੇ ਵੀ ਮਿਲਦਾ ਹੋਵੇ। ਸੋ ਮੈਂ ਉਹੀ ਗੱਲ ਕਰਦਾ ਕਿ ਉਹ ਤੰਗ ਕਰਨ ਵਾਲੀ ਕਈ ਵਾਰੀ ਕਲਾਕਾਰ ਤੇ ਵੀ ਬੜਾ ਕੁਛ ਡਿਪੈਂਡ ਹੁੰਦਾ। ਇਹ ਦੁਨੀਆ ਸ਼ੀਸ਼ਾ ਹੀ ਆ, ਤੁਸੀਂ ਜਿੱਦਾਂ ਦਾ ਮੂੰਹ ਬਣਾਓ ਆਪਣਾ ਉਦਾਂ ਦਾ ਹੀ ਮੂਹਰਿਓਂ ਦਿਸਦਾ। ਹਾਂਜੀ, ਬਿਲਕੁਲ ਸਹੀ ਗੱਲ। ਸੋ ਉਹ ਚੀਜ਼ਾਂ ਤੁਸੀਂ ਜਿੰਨਾ ਚਿਰ ਘਰੋਂ ਨਹੀਂ ਨਿਕਲੋਗੇ ਤੁਸੀਂ ਸਿੱਖੋਗੇ ਨਹੀਂ। ਹਾਂ, ਤੇ ਤੁਸੀਂ ਜਿੰਨੀ ਦੇਰ ਉਹ ਰਾਹ ਪਿਆ ਵਾਹ ਪਿਆ ਵਾਲੀ ਗੱਲ ਜਿਹੜੀ ਆ ਉਹ ਬਿਲਕੁਲ ਸਿਆਣਿਆਂ ਨੇ ਸਹੀ ਬਣਾਈਆਂ, ਸਾਡੇ ਵਰਗਿਆਂ ਲਈ ਬਣਾਈਆਂ ਵੀ ਜਾਂ ਰਾਹ ਪਿਆ ਜਾਣੀ ਜਾਂ ਵਾਹ ਪਿਆ ਜਾਣੀ, ਜਿੰਨੀ ਦੇਰ ਉਹ ਤੰਗ ਕਰਨ ਵਾਲਾ ਭਾਜੀ ਦੀ ਗੱਲ ਬਿਲਕੁਲ ਸਹੀ ਆ ਵੀ ਜਿੰਨਾ ਚਿਰ ਕੋਈ ਸੱਦੂਗਾ ਨਹੀਂ ਕੋਈ ਤੰਗ ਨਹੀਂ ਕਰਦਾ। ਤੇ ਇਹ ਫਿਰ ਰਣਜੀਤ ਤੂੰ ਆਪਣੇ ਯੂਨੀਵਰਸਿਟੀ ਕਿੱਧਰ ਗਏ, ਕਿੱਥੇ ਗਿਆ ਸੀ? ਭਾਜੀ ਮੈਂ ਪੜ੍ਹਿਆ ਜੀ ਪਲੱਸ ਟੂ ਤੱਕ ਤਾਂ ਪਿੰਡ ਹੀ ਪੜ੍ਹਿਆ ਜੀ, ਪਿੰਡ ਸਾਡਾ ਹੈਗਾ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਦੇ ਕੋਲ ਵਡਾਲਾ ਗ੍ਰੰਥੀ। ਹਾਂਜੀ, ਤੇ ਪਿੰਡ ਹੀ ਮੈਂ ਪੜ੍ਹਿਆ ਜੀ, ਸਕੂਲ ਸਾਡੇ ਘਰਾਂ ਕੋਲ ਹੀ ਸੀਗਾ, ਪ੍ਰਾਈਵੇਟ ਸਕੂਲ, ਮੇਰੇ ਗੁਰੂ ਜੀ ਮਾਸਟਰ ਮੰਗਲ ਸਿੰਘ ਹੋਣੀ ਉਹਨਾਂ ਦਾ ਹੀ ਸੀਗਾ, ਉਹ ਉੱਥੇ ਹੀ ਮੈਨੂੰ ਗਾਉਣ ਦਾ ਸ਼ੁਰੂ ਉਹਨਾਂ ਨੇ ਕਰਾਇਆ ਸੀਗਾ। ਫਿਰ ਮੈਂ ਗ੍ਰੈਜੂਏਸ਼ਨ ਕੀਤੀ ਜੀ ਗੁਰੂ ਨਾਨਕ ਕਾਲਜ ਬਟਾਲਾ ਤੋਂ, ਤੇ ਉਹ ਫਿਰ ਮੈਂ ਮੇਰਾ ਸਬੱਬ ਬਣਿਆ ਕਿ ਗੁਰੂ ਨਾਨਕ ਕਾਲਜ ਬਟਾਲਾ ਵੱਲੋਂ ਮੈਂ ਲੋਕ ਗੀਤ ਲੈ ਗਿਆ ਸੀ ਯੂਨੀਵਰਸਿਟੀ, ਜਿਹੜੇ ਹੁੰਦੇ ਆਪਣੇ ਫੈਸਟੀਵਲ, ਯੂਥ ਫੈਸਟੀਵਲ ਦੇ ਵਿੱਚ, ਤੇ ਉਹ ਫਿਰ ਮੈਂ ਉਦੋਂ ਮੇਰਾ ਮਿੱਟੀ ਦਾ ਬਾਵਾ, ਮੈਂ ਜਿੱਦਾਂ ਤਿਆਰੀ ਘਰੇ ਹੀ ਕਰਦਾ ਸੀ, ਸਾਡੇ ਕਾਲਜ ਦਾ ਬਜਟ ਨਹੀਂ ਸੀ ਹੁੰਦਾ ਕਿਉਂਕਿ ਉਹ ਗੁਰੂ ਨਾਨਕ ਕਾਲਜ ਸ਼੍ਰੋਮਣੀ ਕਮੇਟੀ ਅੰਡਰ ਆਉਂਦਾ ਸੀ, ਤੇ ਉਹਦੇ ਕਰਕੇ ਕਲਚਰਲ ਐਕਟੀਵਿਟੀਜ਼ ਨੂੰ ਉਹ ਜ਼ਿਆਦਾ ਤਰਜੀਹ ਨਹੀਂ ਸੀ ਦਿੰਦੇ। ਤਾਂ ਉਹ ਫਿਰ ਆਪਣੇ ਵੱਲੋਂ ਤਿਆਰੀ ਤਿਉਰੀ ਕਰਕੇ ਮੈਂ ਜਦੋਂ ਉੱਥੇ ਕੰਪੀਟੀਸ਼ਨ ਲੜਿਆ ਤਾਂ ਮੇਰੀ ਫਸਟ ਪੋਜੀਸ਼ਨ ਆਈ। ਫਿਰ ਮੈਨੂੰ ਖਾਲਸਾ ਕਾਲਜ ਵਾਲਿਆਂ ਨੇ ਲੈਟਰ ਭੇਜੀ ਕਿ ਤੁਸੀਂ ਸਾਡੇ ਕਾਲਜ ਐਡਮਿਸ਼ਨ ਲਓ। ਫਿਰ ਮੈਂ ਐਮ ਏ ਪੋਲੀਟੀਕਲ ਸਾਇੰਸ 'ਚ ਖਾਲਸਾ ਕਾਲਜ ਅੰਮ੍ਰਿਤਸਰ ਐਡਮਿਸ਼ਨ ਲਈ। ਅੱਛਾ। ਔਰ ਫਿਰ ਉੱਥੋਂ ਮੇਰਾ ਜਿਹੜਾ ਬਾਵਾ ਨਾਂ ਆ, ਮਿੱਟੀ ਦਾ ਬਾਵਾ ਗਾਉਣ ਕਰਕੇ ਮੇਰਾ ਬਾਵਾ ਨਾਂ ਉੱਥੋਂ ਮੈਨੂੰ ਇਹ ਮੇਰੇ ਨਾਂ ਨਾਲ ਜੁੜਿਆ, ਜਿਹਨੂੰ ਤਖੱਲਸ ਆਪਾਂ ਕਹਿ ਦਿੰਦੇ ਹਾਂ, ਉਹ ਮੇਰੇ ਨਾਂ ਨਾਲ ਖਾਲਸਾ ਕਾਲਜ ਤੋਂ ਜੁੜਿਆ। ਮੇਰੇ ਪ੍ਰੋਫੈਸਰ ਦਵਿੰਦਰ ਸਿੰਘ ਸੀ ਸਾਡੇ ਜਿਹੜੇ ਮੇਰੇ ਉੱਥੇ ਡੀਨ ਸੀਗੇ ਮਿਊਜ਼ਿਕ ਦੇ, ਉਹਨਾਂ ਫਿਰ ਮੈਨੂੰ ਕਿਹਾ ਕਿ ਤੂੰ ਆਪਣੇ ਨਾਂ ਨਾਲ ਯਾਰ ਇਹਨੂੰ ਜੋੜ ਲੈ ਕਿ ਤੇਰੇ ਨਾਂ ਨਾਲ ਬਹੁਤ ਸੋਹਣਾ ਲੱਗਦਾ, ਹਾਂਜੀ ਹਾਂਜੀ, ਤੇ ਤੂੰ ਇਹਨੂੰ ਰਣਜੀਤ ਬਾਵਾ ਕਰ ਲਾ। ਮੈਂ ਕਿਹਾ ਕਿ ਚਲੋ। ਫਿਰ ਐਮ ਏ ਪੋਲੀਟੀਕਲ ਤੋਂ ਬਾਅਦ ਫਿਰ ਮੈਂ ਯੂਨੀਵਰਸਿਟੀ ਐਮ ਏ ਮਿਊਜ਼ਿਕ 'ਚ ਐਡਮਿਸ਼ਨ ਲੈ ਲਈ, ਔਰ ਐਮ ਏ ਮਿਊਜ਼ਿਕ ਕਰਦੇ ਕਰਦੇ ਲਾਸਟ ਜਦੋਂ ਮੈਂ ਪਾਸ ਆਊਟ ਹੋਇਆ, ਫਿਰ ਉਦੋਂ ਕੰਪਨੀ ਸੀ ਪੰਜਾਬ ਰੈਕਰਡ, ਬਾਈ ਹਰਵਿੰਦਰ ਸਿੱਧੂ ਸੀਗੇ ਉਹਦੇ ਓਨਰ, ਉਹਨਾਂ ਫਿਰ ਮੇਰੇ ਨਾਲ ਕੰਟੈਕਟ ਕੀਤਾ। ਮੈਂ ਉਹਨਾਂ ਦਿਨਾਂ 'ਚ ਇੱਕ ਯੂਟਿਊਬ 'ਤੇ ਗਾਣਾ ਪਾਇਆ ਸੀ ਜੱਟ ਦੀ ਅਕਲ, ਔਰ ਉਹਨੂੰ ਫਿਰ ਅਸੀਂ ਪਹਿਲਾਂ ਮੇਰਾ ਜਿਹੜਾ ਅਫੀਸ਼ੀਅਲੀ ਪਹਿਲਾ ਗਾਣਾ ਸੀਗਾ ਉਹ ਮੇਰਾ ਬਣਾਇਆ ਸੀਗਾ, ਪਰ ਮੈਨੂੰ ਲਾਂਚ ਉਹਨਾਂ ਕੀਤਾ ਸੀਗਾ ਪੰਜਾਬ ਰਿਕਾਰਡ ਨੇ, ਉਹ ਗਾਣਾ ਚਲੋ ਮਹਾਰਾਜ ਨੇ ਕਿਰਪਾ ਕੀਤੀ ਗਾਣਾ ਚੱਲ ਗਿਆ, ਫਿਰ ਇੱਧਰ ਦੂਜੀ ਰੋਟੀ ਜੁੜ ਗਈ। ਅਦਰਵਾਈਜ਼ ਮੇਰਾ ਪਲਾਨ ਸੀਗਾ ਕਿ ਮੈਂ ਨਹੀਂ ਤਾਂ ਐਮ ਫਿਲ ਕਰਕੇ ਪੀ ਐਚ ਡੀ ਕਰਦਾ, ਕਿਉਂਕਿ ਕਲਾਕਾਰ ਵਾਲਾ ਸੁਪਨਾ ਲੈਣ ਨੂੰ ਜੀ ਨਹੀਂ ਸੀ ਕਰਦਾ, ਕੰਮ ਮਹਿੰਗਾ ਲੱਗਦਾ ਸੀਗਾ ਕਿਤੇ ਨਾ ਕਿਤੇ, ਕਿਉਂਕਿ ਆਪਣੀ ਪਹੁੰਚ ਤੋਂ ਬਾਹਰ ਸੀ, ਤੇ ਮੈਨੂੰ ਏਦਾਂ ਲੱਗਦਾ ਸੀਗਾ ਕਿ ਯਾਰ ਇੰਨੇ ਲੱਖਾਂ ਰੁਪਈਏ। ਮੈਂ ਐਕਚੁਲੀ ਇੱਕ ਵਾਰੀ ਪਹਿਲਾਂ ਘਰਦਿਆਂ ਦੇ ਲਵਾ ਤੇ ਸੀ ਪੈਸੇ 2010 ਚ, ਤੇ ਉਦੋਂ ਉਹ ਹੀ ਕੀ ਕਹਿੰਦੇ ਹੁੰਦੇ ਨਵੇਂ ਜਿਹੇ ਕਲਾਕਾਰਾਂ ਵਾਲੀ ਕੀਤੀ, 5 ਲੱਖ ਰੁਪਈਆ ਮੈਂ ਮੰਮੀ ਨੂੰ ਕਹਿ ਕੇ ਆੜਤੀਆਂ ਤੋਂ ਚੱਕ ਲਿਆ ਸੀਗਾ, ਪਰ ਉਹ ਗਾਣਾ ਬਹੁਤ ਹੀ ਬੁਰੀ ਤਰ੍ਹਾਂ ਫਲੋਪ ਹੋਇਆ, ਗਾਣਾ ਵੀ ਕੋਈ ਖਾਸ ਨਹੀਂ ਸੀਗਾ। ਮੈਂ 2010 ਜਦੋਂ ਉਦੋਂ ਯੂਟਿਊਬ ਦਾ ਜ਼ਮਾਨਾ ਸੀ, ਜਦੋਂ ਜਿੱਦਾਂ ਸ਼ੈਰੀ ਬਾਈ ਪਾਪੂਲਰ ਹੋਏ ਸੀ, ਸਰਤਾਜ ਬਾਈ ਪਾਪੂਲਰ ਹੋਏ ਸੀ, ਤੇ ਕੁਲਵਿੰਦਰ ਬਿੱਲੇ ਬਾਈ ਦਾ ਗਾਣਾ ਚੱਲਿਆ ਸੀ ਮੇਰਾ ਕਾਲੇ ਰੰਗ ਦਾ ਯਾਰ, ਉਹ ਮੈਨੂੰ ਵੀ ਮੇਰੇ ਨਾਲ ਦਿਆਂ ਪੰਪ ਜਿਹਾ ਦੇਤਾ, ਹੋਸਟਲ ਰਹਿੰਦੇ ਸੀ ਵੀ ਤੂੰ ਵੀ ਚੱਕ ਦੇ ਕੰਮ, ਤੇ ਉਹ ਮੇਰਾ ਪੰਪ ਮੇਰੇ ਤੇ ਹੀ ਮੇਰੇ ਤੇ ਹੀ ਵਰ ਗਿਆ। ਸੋ ਉਹ ਫਿਰ ਮੈਂ 2-3 ਸਾਲ, ਫਿਰ ਮੈਂ 2010 ਤੋਂ ਲੈ ਕੇ 12-13 ਤੱਕ ਤਾਂ ਮੈਂ ਬਿਲਕੁਲ ਹੀ ਮੈਨੂੰ ਲੱਗਿਆ ਵੀ ਯਾਰ ਕੰਮ ਔਖਾ ਆ, ਬੰਦੇ ਦਾ ਮਨ ਖੱਟਾ ਹੋ ਜਾਂਦਾ। ਫਿਰ ਮੈਂ ਭਾਜੀ ਕੀ ਕੀਤਾ ਕਿ ਮੈਨੂੰ ਸੀਗਾ ਵੀ ਯਾਰ ਪੈਸੇ ਬਹੁਤ ਖਰਾਬ ਕਰਤੇ ਘਰਦਿਆਂ ਦੇ, ਵੀ ਇੱਕ ਮਿਡਲ ਕਲਾਸ ਫੈਮਿਲੀ 'ਚ 5 ਲੱਖ ਰੁਪਇਆ ਅੰਮ੍ਰਿਤਸਰ ਨਵਾਂ ਨਵਾਂ ਖੁੱਲਿਆ, ਤੇ ਫਿਰ ਮੈਂ ਉੱਥੇ ਬਾਰ 'ਚ ਸਿੰਗਿੰਗ ਕਰਨ ਲੱਗ ਗਿਆ, ਗਜ਼ਲਾਂ ਗੁਜ਼ਲਾਂ ਗਾਉਣੀਆਂ ਹੁੰਦੀਆਂ ਸੀਗੀਆਂ,
ਅਤੇ ਉਹ ਉਹਨਾਂ ਨਾਲ ਮੇਰੀ ਗੱਲ ਹੋ ਗਈ ਕਿ ਸੈਟਰਡੇ ਸੰਡੇ ਗਾਉਣਾ ਆ ਅਤੇ 5 ਦਿਨ ਮੈਂ ਯੂਨੀਵਰਸਿਟੀ ਹੁੰਦਾ ਸੀ, ਸੈਟਰਡੇ ਸੰਡੇ ਉੱਥੇ 2-3 ਘੰਟੇ ਗਜ਼ਲਾਂ ਕੁਛ ਜਿੱਦਾਂ ਉਹ ਬਹਿ ਕੇ ਗਾਉਣਾ ਹੁੰਦਾ ਸੀ ਬਾਹਰ ਦੇ ਵਿੱਚ, ਉਹ ਫਿਰ ਮੈਨੂੰ ਮਹੀਨਾ 40,000 ਰੁਪਇਆ ਮਿਲਦਾ ਸੀਗਾ। ਬਹੁਤ ਵਧੀਆ। ਅਤੇ ਹਾਂਜੀ, ਫਿਰ ਮੈਂ ਥੋੜ੍ਹੇ ਬਹੁਤੇ ਜੋੜ ਕੇ ਜਿੱਦਾਂ ਥੋੜ੍ਹੇ ਜਿਹੇ ਘਰੇ ਦਿੱਤੇ ਤਾਂ ਮੈਂ ਘਰੇ ਜਾਣ ਜੋਗਾ ਹੋਇਆ। ਪਰ ਯਾਰ ਥੋੜ੍ਹਾ ਜਿਹਾ ਯਾਰ ਕੋਈ ਘਟਨਾ ਹੋਰ ਦੱਸ, ਕਿਉਂਕਿ ਜਿੱਦਾਂ ਹੁਣ ਨਾ ਆਪਣੇ ਬਾਪ ਤੋਂ ਬਿਨਾਂ ਪਰਵਰਿਸ਼ ਹੁੰਦੀ ਤਾਂ ਬੜਾ ਔਖਾ ਹੁੰਦਾ। ਬੜਾ ਔਖਾ ਸੀਗਾ ਕਿਉਂਕਿ ਮੈਨੂੰ ਜਦੋਂ ਗਰੋਹ ਹੋਇਆ ਨਿੱਕੇ ਹੁੰਦਿਆਂ ਛੋਟੇ ਹੁੰਦਿਆਂ, ਹਾਂਜੀ, ਬੜਾ ਔਖਾ ਸੀ ਕਿਉਂਕਿ ਜੱਟ ਜ਼ਿਮੀਦਾਰ ਪਰਿਵਾਰ 'ਚ ਇਹ ਹੁੰਦਾ ਕਿ ਮੈਨੂੰ ਕੰਮ ਵੀ ਤੁਹਾਨੂੰ ਆਪ ਕਰਨਾ ਪੈਂਦਾ ਸੀ ਸਾਰਾ ਹੀ, ਜਿੱਦਾਂ ਖੇਤੀਬਾੜੀ ਵੀ ਬਾਪੂ ਜੀ ਦੇ ਨਾਲ ਅਸੀਂ ਕੰਮ ਕਰਦੇ ਸੀ ਛੋਟੇ ਛੋਟੇ ਹੁੰਦੇ, ਸਾਰੇ ਕੰਮ ਹੱਥੀਂ ਕੀਤੇ ਆ, ਪੱਠੇ ਵੀ ਵੱਢਣੇ, ਖਾਦਾਂ ਵੀ ਪਾਉਣੀਆਂ, ਕਣਕ ਵੀ ਬਾਪੂ ਜੀ ਉਹਨਾਂ ਨਾਲ ਵਢਾਈ ਆ, ਝੋਨਾ ਵੀ ਕਈ ਵਾਰੀ ਆਪ ਲਾਉਣਾ ਪੈਂਦਾ ਸੀਗਾ ਕਿਉਂਕਿ ਬੜਾ ਸਰਫਾ ਕਰਦਾ ਬੰਦਾ ਜਦੋਂ ਇੱਕ ਮਿਡਲ ਕਲਾਸ ਫੈਮਿਲੀ 'ਚ ਹੁੰਦਾ ਪਰਿਵਾਰ ਦੇ ਨਾਲ। ਫਿਰ ਮੈਨੂੰ ਏਦਾਂ ਹੁੰਦਾ ਸੀ ਕਿ ਮਿਹਨਤ ਭਾਜੀ ਬਹੁਤ ਜ਼ਿਆਦਾ ਕੀਤੀ, ਮਿਹਨਤ ਤਾਂ ਇੰਨੀ ਸੀਗੀ ਕਿ ਮੈਨੂੰ ਹੋਰ ਕੋਈ ਕੰਮ ਹੀ ਨਹੀਂ ਸੀ, ਮੈਂ ਕੋਈ ਹੋਰ ਕੰਮ ਹੀ ਨਹੀਂ ਕੀਤਾ ਆਪਣੇ ਬਚਪਨ 'ਚ, 8-10 ਘੰਟੇ ਤਾਂ ਮੇਰਾ ਬੈਠਣਾ ਹੈਗਾ ਹੀ ਸੀਗਾ ਰੋਜ਼ ਦਾ, ਮਤਲਬ 8-10 ਘੰਟੇ ਤਾਂ ਮੈਂ ਰਿਆਜ਼ ਕਰਦਾ ਹੀ ਕਰਦਾ ਸੀ ਇੱਕ ਦਿਨ ਦੇ ਵਿੱਚ, ਕਿ ਜਾਂ ਮੈਂ ਸੁਣਦਾ ਸੀ। ਉਦੋਂ ਮੈਨੂੰ ਯਾਦ ਆ ਕਿ ਹਾਰਮੋਨੀਅਮ ਮੈਨੂੰ ਬਹੁਤਾ ਵਜਾਉਣਾ ਨਹੀਂ ਸੀ ਆਉਂਦਾ ਨਿੱਕੇ ਹੁੰਦੇ, ਫਿਰ ਮੈਂ ਡੈਕ ਚੱਲਦੇ ਸੀ ਉਹ ਜਿਹੜੇ ਕੈਸਟਾਂ ਵਾਲੇ, ਹਾਂਜੀ, ਉਹਦੇ ਵਿੱਚ ਜਿੱਦਾਂ ਕੁਛ ਰਿਕਾਰਡ ਮਾਣਕ ਸਾਹਿਬ ਦੇ ਪੜਵਾ ਲੈਣੇ ਜਿਹੜੇ ਉੱਚੀ ਪਿੱਚ ਵਾਲੇ, ਫਿਰ ਉਹ ਦਰਵਾਜ਼ਾ ਬੰਦ ਕਰਕੇ ਉਹਦੇ ਨਾਲ ਗਾਉਣਾ ਕਰਨਾ ਪੂਰੀ ਆਵਾਜ਼ ਛੱਡ ਕੇ ਕਿ ਇੱਕ ਰੇਂਜ ਬਣੂਗੀ। ਫਿਰ ਮੈਂ ਥੋੜ੍ਹਾ ਜਿਹਾ ਬਟਾਲੇ ਆਪਣੇ ਉੱਥੇ ਸਿੱਖਣ ਲੱਗਿਆ ਆਵਾਜ਼ੇ 'ਤੇ, ਥੋੜ੍ਹਾ ਬਹੁਤਾ ਸੱਤ ਸੁਰਾਂ ਦਾ ਹੱਥ ਹੁੱਥ ਰੱਖਿਆ ਸਰਗਮਾਂ ਦਾ, ਅਤੇ ਉਹਦੇ ਨਾਲ ਫਿਰ ਰੋ ਰੋ ਜਿਹੜਾ ਅਲਾਪ ਜਿਹੜੇ ਆ ਉਹ ਸਾਰਾ ਰਿਆਜ਼ ਸ਼ੁਰੂ ਕੀਤਾ। ਫਿਰ ਇਹ ਸੀਗਾ ਕਿ ਮੈਂ ਕੋਈ ਅੱਜ ਦੀ ਡੇਟ 'ਚ ਵੀ ਮੈਨੂੰ ਲੱਗਦਾ ਕਿ ਸਾਡੇ ਗੁਰਦਾਸਪੁਰ ਜ਼ਿਲ੍ਹੇ ਦਾ ਕੋਈ ਐਸਾ ਮੇਲਾ ਨਹੀਂ ਹੋਊਗਾ ਜਿਹੜਾ ਮੈਨੂੰ ਮੂੰਹ ਜ਼ਬਾਨੀ ਯਾਦ ਨਹੀਂ, ਕਿਉਂਕਿ ਮੈਂ ਕੋਈ ਛੱਡਿਆ ਹੀ ਨਹੀਂ ਸੀ। ਔਰ ਮੇਰੇ ਗੁਰੂ ਜੀ ਐਂ ਕਰ ਦਿੰਦੇ ਹੁੰਦੇ ਸੀ ਭਾਜੀ, ਉਹਨਾਂ ਨੇ ਬਹੁਤ ਤਪੱਸਿਆ ਮੇਰੇ ਤੋਂ ਕਰਾਈ ਜੀ, ਬਹੁਤ ਜ਼ਿਆਦਾ, ਮਤਲਬ ਮੈਂ ਸੋਚ ਵੀ ਨਹੀਂ, ਮੈਨੂੰ ਲੱਗਦਾ ਵੀ ਅੱਜ ਦੀ ਡੇਟ 'ਚ ਜੇ ਉਨੀ ਮਿਹਨਤ ਕਰਨੀ ਹੋਏ ਤਾਂ ਸ਼ਾਇਦ ਹੀ ਤੁਹਾਨੂੰ ਕਿਤੇ ਜੰਗਲਾਂ 'ਚ ਜਾਣਾ ਪਏ ਇਹੋ ਜਿਹੀ ਸੋਸ਼ਲ ਮੀਡੀਆ ਤੇ ਆ ਨੈਟਫਲਿਕਸ ਦੇ ਦੌਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਤੁਸੀਂ 1 ਘੰਟਾ ਵੀ ਆਪਣੇ ਆਪ ਨੂੰ ਮਤਲਬ ਜੀ ਹਾਂ। ਸੋ ਉਹ ਇੱਦਾਂ ਅੱਧਾ ਦਾ ਟਾਈਮ ਸੀ ਕਿ ਉਹ ਕੀ ਕਰਦੇ ਸੀ ਕਿ ਮੈਨੂੰ 1 ਹਫ਼ਤੇ ਦੇ ਜਿੰਨੇ ਸਾਡੇ ਏਰੀਏ 'ਚ ਮੇਲੇ ਹੁੰਦੇ ਸੀਗੇ ਸਾਰੇ ਨੋਟ ਕਰਦੇ ਨੇ ਉਹਨਾਂ, ਜਿੱਦਾਂ ਆਹ ਦਿਨਾਂ ਦੇ ਵਿੱਚ, ਅਤੇ ਨਾਲ ਉਹਨਾਂ ਮੈਨੂੰ ਜਿੱਦਾਂ 100 ਰੁਪਇਆ ਕਿਰਾਇਆ ਦੇ ਦੇਣਾ ਕਿ ਤੂੰ ਜਾ, ਔਰ ਨਾਲ ਮੈਂ ਇੱਕ ਡਾਇਰੀ ਰੱਖੀ ਹੁੰਦੀ ਸੀ, ਉਹਨਾਂ ਕਹਿਣਾ ਕਿ ਤੂੰ ਤੈਨੂੰ ਪਹਿਲਾਂ ਕੋਸ਼ਿਸ਼ ਕਰੀ ਕਿ ਤੈਨੂੰ ਟਾਈਮ ਦੇਣ, ਅਗਰ ਤੈਨੂੰ ਟਾਈਮ ਨਾ ਦਿੱਤਾ ਤਾਂ ਫਿਰ ਤੂੰ ਸਾਹਮਣੇ ਬੈਠਣਾ, ਤੂੰ ਇਹ ਵੇਖਣਾ ਵੀ ਕਲਾਕਾਰ ਕਿੱਦਾਂ ਆਉਂਦਾ ਆ, ਕੀ ਸ਼ੁਰੂ ਕਰਦਾ ਆ, ਕੀ ਉਹਦੀ ਬਾਡੀ ਲੈਂਗੁਏਜ ਆ, ਕਿੱਥੇ ਸਾਹ ਲੈਂਦੇ ਆ, ਕਿੰਨੀ ਉਹ ਗੱਲ ਕਰਦੇ ਆ, ਕਿੰਨਾ ਟਾਈਮ ਗਾਉਂਦੇ ਆ, ਕਿੰਨੇ ਟਾਈਮ ਬਾਅਦ ਉਹ ਪਾਣੀ ਪੀ, ਮੈਂ ਸਾਰੀਆਂ ਗੱਲਾਂ ਤੁਸੀਂ ਬਿਲੀਵ ਕਰਿਓ, ਮੈਂ ਇੱਦਾਂ ਉੱਤੇ ਹੈਡਿੰਗ ਕਲਾਕਾਰ ਦਾ ਨਾਮ ਲਿਖ ਲਿਆ ਜਿੱਦਾਂ ਆਪਾਂ ਕੋਈ ਵੱਡਾ ਪੈਰਾਗ੍ਰਾਫ ਨਹੀਂ ਲਿਖਦੇ, ਉਹਦੇ ਅੱਗੇ ਜਿੱਦਾਂ ਹੈਡਿੰਗ ਬਣਾ ਲੈਣੇ, ਇੰਨੇ ਟਾਈਮ ਬਾਅਦ ਇਹਨੇ ਪਾਣੀ ਪੀਤਾ, ਆਹ ਰੰਗ ਦਾ ਚਾਦਰਾ ਕੁੜਤਾ ਲਾਇਆ ਸੀ, ਤੇ ਮਤਲਬ ਜੇ ਜਿੱਦਾਂ ਸਾਡੇ ਏਰੀਏ 'ਚ ਜ਼ਿਆਦਾ ਦੁਗਾਨਾ ਜੋੜੀਆਂ ਆਉਂਦੀਆਂ ਸੀ ਕਿਉਂਕਿ ਸਾਡੇ ਮੇਲੇ ਉੱਥੇ ਪੀਰਾਂ ਦੀਆਂ ਦਰਗਾਹਾਂ ਦੇ ਬਹੁਤ ਲੱਗਦੇ ਸੀ ਗੁਰਦਾਸਪੁਰ ਜ਼ਿਲ੍ਹੇ ਦੇ, ਭੁੰਬਲੀ ਦੀ ਛਿੰਝ ਹੋ ਗਈ, ਬੱਬੇ ਵਾਲੀ ਦੀ ਛਿੰਝ ਹੋ ਗਈ, ਔਰ ਜਿੰਨੇ ਆਲੇ ਦੁਆਲੇ ਸਾਡੇ ਪਿੰਡ ਹੀ 2 ਮੇਲੇ ਲੱਗਦੇ ਸੀ, ਪਰ ਉਦੋਂ ਟਾਈਮ ਨਹੀਂ ਮਿਲਦਾ ਸੀ ਕਿਉਂਕਿ ਟਾਈਮ ਦੇਣ ਲਈ ਅੱਜ ਦੀ ਡੇਟ 'ਚ ਵੀ ਮੈਨੂੰ ਲੱਗਦਾ ਕਿ ਬਹੁਤ ਔਖਾ ਆ, ਬਹੁਤ ਮੁਸ਼ਕਿਲ, ਸਟਰਗਲਿੰਗ ਬੰਦੇ ਲਈ ਟਾਈਮ ਲੈਣਾ ਬਹੁਤ ਔਖਾ ਆ ਬਹੁਤ। ਫਿਰ ਮੇਰੇ ਮਦਰ ਦਾ ਬਹੁਤ ਸੈਕਰੀਫਾਈਸ ਆ, ਉਹਨਾਂ ਨੇ ਬਹੁਤ ਮੈਨੂੰ ਇਸ ਕੰਮ ਲਈ ਸਪੋਰਟ ਕੀਤਾ, ਸਾਰੀ ਸਾਰੀ ਰਾਤ ਉਹਨਾਂ ਜਾ ਕੇ ਮੇਰੇ ਲਾਗੇ ਬੈਠ ਕੇ ਮੇਰੇ ਕੋਲ ਬੈਠ ਕੇ, ਮੈਨੂੰ ਯਾਦ ਆ ਰਾਤ 2 ਵਜੇ ਅਲਾਰਮ ਲੁਰਮ ਤਾਂ ਘਰਦਿਆਂ ਦਾ ਆਪੇ ਹੁੰਦਾ, ਤੁਹਾਡੇ ਬਜ਼ੁਰਗ ਅਲਾਰਮ ਤੋਂ ਵੱਡੇ ਹੀ ਹੁੰਦੇ, ਉਹ ਤੁਸੀਂ ਜਿਹੜਾ ਮਰਜ਼ੀ ਟਾਈਮ ਉਹਨਾਂ ਨੂੰ ਕਹਿ ਦਿਓ, ਉਹ ਤੋਂ ਪਹਿਲਾਂ ਹੀ 15 ਮਿੰਟ ਉਹ ਤੁਹਾਡੇ ਕੋਲ ਸਰਾਣੇ ਹੋਣਗੇ ਬਿਨਾਂ ਅਲਾਰਮ ਤੋਂ। ਸੋ 2 ਵਜੇ ਮੈਨੂੰ ਯਾਦ ਆ ਮੈਂ
सिरके सी नहा के और रियाज़ लई मैं साफ कपड़े रखे होंगे सी उस लई पाने उत्थे ही ला के उदा ही जोड़ के आवाजे दे नाल ही रख देने दो तो सवेरे 5-6 बजे तक रियाज़ करनी सादी पर फिर मैनू कॉलेज आके पता लगा कि मैं रियाज़ बहुत गलत कीती मेरा गला बह जांदा सी अद्धा पौना घंटा गाउन तो बाद क्योंकि प्रॉपर के तो सिखिया नहीं मेरा गला ना भाजी आड़ा हो गया सीगा आड़ा गला जिदा हुंदा ना आड़ा गला आड़े गल भी आपां हर वर्ड च पैर दे विच रियाज कर इदा कर फिर मैं यूनिवर्सिटी कॉलेज भी इदा ही सीगा कि मैं सवेरे अर्ली मॉर्निंग 3-4 बजे उठ जांदा हुंदा सीगा आवाजा चकना ग्राउंड दे विच लै जाना करके रियाज अपनी पैक करके फिर ओह रियाज पक्खों टचवुड कोई ऐसा सिंगल दिन नहीं सीगा कि मैं मतलब गुरु जी इतों तक हाँ हाँ जी ਉਹ ਇੱਥੋਂ ਤੱਕ ਵੀ ਉਹਨਾਂ ਮੇਰੇ ਮੰਮੀ ਨੂੰ ਕਿਹਾ ਸੀਗਾ ਕਿ ਜਿੱਦਣ ਇਹ ਰਿਆਜ਼ ਨਹੀਂ ਕਰਦਾ ਤੇ ਇਹਨੂੰ ਰੋਟੀ ਨਹੀਂ ਦੇਣੀ ਤੇ ਸੋ ਇਹ ਆ ਕਿ ਮਿਲਦਾ ਕਿ ਜਿੰਨੀ ਦੇਰ ਕੁਛ ਜ਼ਿੰਮੇਵਾਰੀਆਂ ਵੀ ਇਦਾਂ ਸੀ ਜਾਂ ਉਦੋਂ ਸ਼ਾਇਦ ਇੱਕ ਬੜੇ ਭਲੇ ਜਿਹੇ ਪਰਿਵਾਰ ਚੋਂ ਪਿੰਡ ਜੇ ਚ ਰਹਿੰਦੇ ਸੀ ਬੜੇ ਭਲੇ ਮਾਨਸ ਜੇ ਜਿੱਦਾਂ ਪਿੰਡਾਂ ਦੇ ਲੋਕ ਹੁੰਦੇ ਆ ਉਹ ਜ਼ਿਆਦਾ ਚੁਸਤ ਚਲਾਕੀ ਜੀ ਨਹੀਂ ਸੀਗੀ ਔਰ ਮੈਂ ਤਾਂ ਕਦੀ ਸੁਪਨਾ ਵੀ ਨਹੀਂ ਸੀ ਲਿਆ ਟੂ ਬੀ ਓਨੈਸਟ ਭਾਜੀ ਮੈਨੂੰ ਗੁਰੂ ਜੀ ਨੇ ਵੀ ਇਹੀ ਕਹਿਣਾ ਕਿ ਤੂੰ ਕਦੀ ਵੀ ਇਹ ਨਾ ਸੋਚੀ ਵੀ ਤੂੰ ਕਲਾਕਾਰ ਬਣਨ ਲਈ ਰਿਆਜ਼ ਕਰ ਰਿਹਾ ਆ ਤੂੰ ਸਿਰਫ ਆਪਣਾ ਇਹ ਫੋਕਸ ਰੱਖ ਕੇ ਜੇ ਤੂੰ ਸਵੇਰੇ ਰਿਆਜ਼ ਕਰ ਲਈ ਆ ਤੇ ਤੂੰ ਸ਼ਾਮ ਨੂੰ ਟਾਈਮ ਕੱਢਣਾ ਹੈ ਤੇਰਾ ਸਿਰਫ ਇਹ 12 ਘੰਟਿਆਂ ਦੇ ਵਿੱਚ ਦੀ ਸੋਚ ਹੋਣੀ ਚਾਹੀਦੀ ਹੈ ਤੂੰ ਲੰਬਾ ਨਾ ਸੋਚੇ ਤੇ ਉਹ ਕਹਿੰਦੇ ਕਿ ਨਹੀਂ ਤਾਂ ਬੰਦਾ ਜਦੋਂ ਮਿਹਨਤ ਕਰਦਾ ਕਰਦਾ ਆਪਣੇ ਸਕਸੈਸ ਬਾਰੇ ਸੋਚਦਾ ਆ ਫਿਰ ਉਹ ਸਵਾਰਥੀ ਵੀ ਹੋ ਜਾਂਦਾ ਆ ਤਾਂ ਫਿਰ ਸਾਰੀ ਉਮਰ ਨਿਰਾਸ਼ ਵੀ ਰਹਿੰਦਾ ਆ ਇਸ ਕਰਕੇ ਮੈਂ ਨਾਲ ਪੜ੍ਹਾਈ ਵੀ ਆਪਣੀ ਜਾਰੀ ਰੱਖੀ ਮੈਨੂੰ ਇਹ ਸੀਗਾ ਕਿ ਮੈਂ ਅਗਰ ਸਿੰਗਿੰਗ 'ਚ ਨਾ ਹੋ ਸਕਿਆ ਤਾਂ ਮੈਂ ਫਿਰ ਐਮ ਫਿਲ ਜਾਂ ਪੀ ਐਚ ਡੀ ਕਰਕੇ ਤਾਂ ਮੈਂ ਸਟੱਡੀ ਤੇ ਕਰੂੰਗਾ ਕਿਉਂਕਿ ਰੋਜੀ ਰੋਟੀ ਦਾ ਸਾਰੀ ਉਮਰ ਕਮਾਉਣੀ ਪੈਣੀ ਸੀ ਨਾਲੇ ਪਰਿਵਾਰ ਨੂੰ ਨਾ ਉਸ ਦਾਇਰੇ ਚੋਂ ਕੱਢਣਾ ਸੀ ਜਿਹੜੇ ਨਾ ਰਣਜੀਤ ਜਿੱਦਾਂ ਜਿਹੜੇ ਆਪਣੇ ਆਪਣੇ ਪਹਾੜਾਂ ਤੇ ਨਹੀਂ ਚੜ੍ਹਦੇ ਮਾਊਂਟ ਐਵਰੈਸਟ ਵਗੈਰਾ ਤੇ ਹਾਂਜੀ 21,000 ਫੁੱਟ ਮੇਰਾ ਖਿਆਲ ਪਤਾ ਨਹੀਂ ਕਿਹੜੇ ਫੁੱਟ ਤੋਂ ਜਾ ਕੇ ਉੱਪਰ ਨਾ ਤੇ ਉਹਨੂੰ ਡੈਥ ਜ਼ੋਨ ਕਹਿੰਦੇ ਉਹ ਤੋਂ ਉੱਪਰ ਜਾ ਕੇ ਨਾ ਬੰਦੇ ਦਾ ਸਰੀਰ ਮਰਨ ਲੱਗ ਪੈਂਦਾ ਕਿਉਂਕਿ ਆਕਸੀਜਨ ਬਹੁਤ ਘੱਟ ਹੁੰਦੀ ਆ ਜੀ ਤੇ ਆਕਸੀਜਨ ਲਾ ਵੀ ਲੈਣ ਤਾਂ ਵੀ ਨਹੀਂ ਤੁਰਿਆ ਜਾਂਦਾ ਪਰ ਜਿਹੜੇ ਵੀ ਉਹ ਜਿੰਨੇ ਵੀ ਅੱਜ ਤੱਕ ਪਹਾੜਾਂ ਤੇ ਚੜ੍ਹੇ ਆ ਤੇ ਜਦੋਂ ਉਹਨਾਂ ਨੂੰ ਪੁੱਛੋ ਵੀ ਕਿ ਕੀ ਬੰਦੇ ਦੇ ਮਨ ਵਿੱਚ ਡਿਟਰਮੀਨੇਸ਼ਨ ਕੀ ਹੋਣੀ ਚਾਹੀਦੀ ਹੈ ਹਾਂਜੀ ਤੇ ਉਹ ਇਹੀ ਗੱਲ ਕਹਿੰਦੇ ਕਹਿੰਦੇ ਬਸ ਇੰਨਾ ਹੀ ਹੋਣਾ ਚਾਹੀਦਾ ਕਿ ਪੈਰ ਦੇ ਮੋਹਰੇ ਬਸ ਪੈਰ ਰੱਖੀ ਜਾਣ ਇੱਕ ਇੱਕ ਕਦਮ ਜਿਹੜਾ ਲਈ ਗਿਆ ਉਹ ਚੜ੍ਹ ਜਾਂਦਾ ਤੇ ਜਿਹੜਾ ਉੱਪਰ ਨੂੰ ਦੇਖੀ ਜਿਵੇਂ ਮੈਂ ਉੱਥੇ ਪਹੁੰਚਣਾ ਉਹਨੂੰ ਉਹ ਬਹੁਤ ਦੂਰ ਲੱਗਦਾ ਬਹੁਤ ਔਖਾ ਮੈਂ ਉਹੀ ਆਪਾਂ ਫਿਰ ਭਾਜੀ ਆਪਾਂ ਉੱਥੇ ਆ ਗਏ ਮੈਂ ਹੁਣ ਵੀ ਜਿੰਨੇ ਵੀ ਮੁੰਡੇ ਮਿਲਦੇ ਆ ਜਿੰਨੇ ਵੀ ਮੁੰਡੇ ਕਈ ਵਾਰ ਘਰੇ ਵੀ ਆਉਂਦੇ ਆ ਜਾਂ ਸ਼ੋਅ ਤੇ ਮੈਂ ਸਭ ਨੂੰ ਇਹੀ ਕਹਿੰਦਾ ਕਿ ਯਾਰ ਮਿਹਨਤ ਤਾਂ ਹੀ ਆਪਣੇ ਇਸ ਕੰਮ ਵੱਲ ਆਇਓ ਦੇਖੋ ਚੱਲਣਾ ਕੋਈ ਵੀ ਵੱਡੀ ਗੱਲ ਨਹੀਂ ਅੱਜ ਦੀ ਡੇਟ ਚ ਹਿੱਟ ਹੋ ਜਾਣਾ ਗਾਣਾ ਚੱਲ ਜਾਣਾ ਇੱਕ ਗਾਣਾ ਚੱਲ ਜਾਣਾ ਦੋ ਗਾਣੇ ਚੱਲ ਜਾਣੇ ਜਾਂ 10 ਗਾਣੇ ਚੱਲ ਜਾਣੇ ਵੀ ਕੋਈ ਵੱਡੀ ਗੱਲ ਨਹੀਂ ਸੋ ਮੈਨੂੰ ਲੱਗਦਾ ਕਿ ਇੱਕ ਕਲਾਕਾਰ ਜਿਹੜਾ ਆ ਜਿੰਨੀ ਦੇਰ ਉਹ ਤੁਹਾਡੇ ਨਾਲ ਇਹ ਵੀ ਵੇਖੋ ਇੱਕ ਕਲਾਕਾਰ ਜਦੋਂ ਕੋਈ ਕੰਮ ਤੇ ਲੱਗਦਾ ਉਹਦੇ ਨਾਲ ਕਿੰਨੇ ਪਰਿਵਾਰ ਜੁੜ ਜਾਂਦੇ ਹੈਨਾ ਤੇ ਉਹ ਚੀਜ਼ਾਂ ਇਹ ਆ ਕਿ ਚਲੋ ਪਰਮਾਤਮਾ ਨੇ ਕਈ ਵਾਰੀ ਮਾਲਕ ਮਿਹਨਤ ਵੀ ਤਾਂ ਬੰਦੇ ਤੋਂ ਪਰਮਾਤਮਾ ਹੀ ਕਰਾਉਂਦਾ ਬੰਦਾ ਤਾਂ ਮੈਨੂੰ ਲੱਗਦਾ ਕਿ ਆਪ ਕਿਸਮਤ ਦੀਆਂ ਗੱਲਾਂ ਸਾਰੀਆਂ ਹਾਂਜੀ ਸੋ ਉਹ ਚੀਜ਼ਾਂ ਦੇ ਵਿੱਚ ਬੜੀਆਂ ਦੁਆਵਾਂ ਤੁਹਾਡੇ ਕੰਮ ਬਹੁਤ ਆਉਂਦੀਆਂ ਤੁਹਾਡੇ ਮਾਂ ਬਾਪ ਦੀਆਂ ਤੁਹਾਡੇ ਗੁਰੂਆਂ ਦੀਆਂ ਜਦੋਂ ਤੁਸੀਂ ਹਰ ਗੱਲ ਤੁਸੀਂ ਆਪਣੇ ਵੱਡਿਆਂ ਦੀ ਨੂੰ ਸੱਤ ਬਚਨ ਕਹਿ ਦਿਓ ਤਾਂ ਮੈਨੂੰ ਲੱਗਦਾ ਕਿ ਸੱਤ ਬਚਨ ਬੜੀ ਵੱਡੀ ਇੱਕ ਚੀਜ਼ ਆ ਹਾਂਜੀ ਕਲਾਕਾਰ ਹਿੱਟ ਇੱਕ ਅਲੱਗ ਫਰੇਮ ਆ ਔਰ ਕਲਾਕਾਰ ਹਿੱਟ ਦੀ ਸਟੇਜ ਇੱਕ ਅਲੱਗ ਚੀਜ਼ ਹਾਂਜੀ ਮੈਂ ਇਹ ਚੀਜ਼ ਦੇ ਵਿੱਚ ਬਲੀਵ ਕਰਦਾ ਕਿ ਸਟੇਜ ਲਾਉਣਾ ਜਿਹੜਾ ਆ ਉਹਦੇ ਲਈ ਮੈਨੂੰ ਲੱਗਦਾ ਕਿ ਹਿੱਟ ਵੀ ਕਈ ਵਾਰੀ ਕੰਮ ਨਹੀਂ ਕਰਦਾ ਅੱਜ ਦੇ ਜ਼ਮਾਨੇ ਵਿੱਚ ਨਾ ਬਹੁਤ ਸਾਰੇ ਕਲਾਕਾਰ ਇੱਦਾਂ ਆ ਵੀ ਉਹ ਟੈਕਨੋਲੋਜੀ ਦੇ ਸਹਾਰੇ ਰੈਕਡ ਵਧੀਆ ਬਣਾ ਲੈਂਦੇ ਆ ਜੀ ਪਰ ਜਿਹੜੀ ਸਟੇਜ ਕਿਸੇ ਨੂੰ ਮਾਫ਼ ਨਹੀਂ ਕਰਦੀ ਹਨਾ ਤਜਰਬਾ ਜਿਹੜਾ ਬੰਦੇ ਦਾ ਸਾਲੋ ਸਾਲ ਚਾਹੇ ਉਹ ਭਾਵੇਂ ਰੈਡੀਸਨ ਹੋਟਲ ਚ ਗਾਏ ਆ ਚਾਹੇ ਉਹ ਕਿਸੇ ਮੇਲੇ ਚ ਗਾਏ ਆ ਉਹ ਸਾਰੀਆਂ ਚੀਜ਼ਾਂ ਫਿਰ ਬੰਦੇ ਦਾ ਇੱਕ ਹਥਿਆਰ ਬਣ ਜਾਂਦੀਆਂ
जी बिल्कुल बिल्कुल। मैं सबर सबर और ਤੁਹਾਡਾ ਜਿਹੜਾ ਜਿਹੜਾ ਇੱਕ ਪੇਸ਼ੈਂਸ ਹੁੰਦਾ ਆ ਉਹ ਮੈਨੂੰ ਲੱਗਦਾ ਕਿ ਕਈ ਵਾਰ ਕੁਦਰਤ ਜਾਂ ਤੁਹਾਡੀ ਮਿਹਨਤ ਇੰਨਾ ਲੈਂਦੀ ਆ ਕਿ ਮੈਨੂੰ ਯਾਦ ਹੈ ਇੱਕ ਵਾਰ ਮੈਂ ਵਾਇਸ ਆਫ ਪੰਜਾਬ ਦਾ ਆਡੀਸ਼ਨ ਦੇਣ ਗਿਆ ਸੀ ਦਿੱਲੀ ਤੇ ਮੈਂ ਪਹਿਲੀ ਵਾਰੀ ਦਿੱਲੀ ਗਿਆ ਉਦੋਂ ਸਾਡੇ ਲਈ ਦਿੱਲੀ ਵਾਕਿਆ ਦਿੱਲੀ ਦੂਰ ਸੀਗੀ ਤੇ ਅਸੀਂ ਉੱਥੇ ਜਦੋਂ ਆਡੀਸ਼ਨ ਬਹੁਤ ਲੰਬੀਆਂ ਲੈਣਾ ਸੀਗੀਆਂ ਤੇ ਇੱਦਾਂ ਆਡੀਸ਼ਨ ਦੇ ਜਿੱਦਾਂ ਮੁੰਡੇ ਸਾਰੇ ਬੈਠੇ ਸੀ ਕੋਈ ਕਿਤੋਂ ਕੋਈ ਕਿਤੋਂ ਕੋਈ ਕਿਸੇ ਨੂੰ ਜਾਣਦਾ ਵੀ ਨਹੀਂ ਸੀਗਾ ਪਰ ਸੰਗੀਤ ਦੀ ਇੱਕ ਇੱਦਾਂ ਦੀ ਭਾਸ਼ਾ ਆ ਕਿ ਸਾਰੇ ਇੱਕ ਇੱਕ ਕਰ ਦਿੰਦੀ ਤਾਂ ਉੱਥੇ ਕਿਸੇ ਬੰਦੇ ਨੇ ਗੱਲ ਕੀਤੀ ਉਹ ਕਹਿੰਦਾ ਕਿ ਮੈਂ ਉਹ ਗੱਲ ਉਦਣ ਦੀ ਸੁਣੀ ਔਰ ਮੈਨੂੰ ਲੱਗਦਾ ਕਿ ਮੈਂ ਹਜ਼ਾਰ ਬੰਦਿਆਂ ਨੂੰ ਦੱਸੀ ਹੋਊਗੀ ਸ਼ਾਇਦ ਜਿਹੜੇ ਵੀ ਮਿਹਨਤ ਕਰਦੇ ਆ ਕਿ ਤਿਆਰ ਰਹਿਣਾ ਬਹੁਤ ਜ਼ਰੂਰੀ ਆ। ਮੰਨ ਲਓ ਹੁਣ ਮੈਂ ਆਪਾਂ ਗੱਲ ਕਰ ਰਹੇ ਹਾਂ, ਆਪਾਂ ਤਿਆਰ ਹਾਂ ਹੁਣ, ਮਤਲਬ ਮੈਨੂੰ ਕੋਈ ਬਾਜ਼ਾਰ ਵੀ ਲੈ ਜਾ ਸਕਦਾ ਆ, ਪੱਗ ਬੰਨੀ ਆ, ਕੋਈ ਵਿਆਹ ਸ਼ਾਦੀ 'ਚ ਵੀ ਲੈ ਜਾ ਸਕਦਾ ਆ, ਕੋਈ ਪਾਰਟੀ 'ਚ ਵੀ, ਕਿ ਮੈਂ ਠੀਕ ਲੱਗ ਰਿਹਾ। ਅਤੇ ਕਹਿੰਦੇ ਕਿ ਉਹੀ ਜੇ ਤੁਸੀਂ ਲਾਈਕ ਕੋਈ ਨਿੱਕਰ ਬਣੈਣ ਪਾਈ ਆ ਜਾਂ ਤੁਹਾਡੇ ਵਾਲ ਖਿਲ ਰਹੇ ਆ ਜਾਂ ਤਾਂ ਬੰਦਾ ਗਰੇਜ ਕਰਦਾ ਕਿ ਨਹੀਂ ਯਾਰ ਇਹ ਬੰਦਾ ਠੀਕ ਨਹੀਂ ਲੱਗ ਰਿਹਾ ਕਿ ਮੇਰੇ ਨਾਲ ਮੇਰੀ। ਉਹ ਕਹਿੰਦੇ ਕਿ ਠੀਕ ਉੱਦਾਂ ਹੀ ਪਰਮਾਤਮਾ ਤੁਹਾਡੇ ਵੱਲ ਵੇਖਦਾ ਰਹਿੰਦਾ ਕਿ ਬੰਦਾ ਤਿਆਰ ਆ ਕਿ ਨਹੀਂ ਆਪਣੀ ਮਿਹਨਤ ਲਈ ਆਪਣੇ ਕੰਮ ਪ੍ਰਤੀ, ਹਨਾ। ਸੋ ਮੋਸਟ ਦਾ ਟਾਈਮ ਕੀ ਹੁੰਦਾ ਕਿ ਬਹੁਤ ਸਾਰੇ ਬੰਦੇ ਇੱਕ ਕੰਮ ਤੁਸੀਂ ਕਰ ਰਹੇ ਆ ਜਦੋਂ ਤੁਹਾਨੂੰ ਉਹਦੇ 'ਚ ਕਈ ਵਾਰੀ ਨਿਰਾਸ਼ਾ ਹੁੰਦੀ ਹੈ ਤੁਸੀਂ ਛੱਡ ਕੇ ਦੂਜਾ ਕੰਮ ਫੜ ਲੈਂਦੇ, ਹਨਾ। ਸੋ ਉਹ ਕਹਿੰਦਾ ਕਿ ਹੋ ਸਕਦਾ ਕੁਦਰਤ ਨੇ ਉੱਦਣ ਹੀ ਤੁਹਾਡੇ ਕੋਲ ਉਸ ਕੰਮ ਦਾ ਤੁਹਾਨੂੰ ਹੋ ਸਕਦਾ ਰਿਜ਼ਲਟ ਦੇਣ ਆਉਣਾ ਹੋਵੇ ਕਿਤੇ ਅੱਧੇ ਪੌਣੇ ਘੰਟੇ ਬਾਅਦ, ਤੁਸੀਂ 15 ਮਿੰਟ ਪਹਿਲਾਂ ਹੀ ਉਹਨੂੰ ਛੱਡ ਕੇ ਦੂਜੇ ਬੰਦੇ ਚਲ ਗਏ ਤੇ ਹੋ ਸਕਦਾ ਉਹ ਵੀ ਪਿੱਛੋਂ ਮੁੜ ਜੇ ਵੀ ਠੀਕ ਆ ਭਾਈ ਜੇ ਤੂੰ ਨਹੀਂ ਰੈਡੀ, ਹਨਾ। ਸੋ ਕਿਤੇ ਨਾ ਕਿਤੇ ਇਹ ਆ ਕਿ ਤਿਆਰੀ ਜਾਂ ਤਿਆਰ ਰਹਿਣਾ ਬਹੁਤ ਜ਼ਰੂਰੀ ਆ ਜਿਸ ਕੰਮ ਦੇ ਵਿੱਚ ਤੁਸੀਂ ਪਏ ਆ। ਸੋ ਬਾਕੀ ਕਿਸਮਤ ਦੀਆਂ ਵੀ ਗੱਲਾਂ, ਕਈ ਵਾਰੀ ਬੜੇ ਬੜੇ ਵੱਡੇ ਫਨਕਾਰ ਆਪਾਂ ਵੇਖੇ ਆ ਜਿਨ੍ਹਾਂ ਨੂੰ ਮਾਲਕ ਦੇ ਰੰਗ ਆ, ਬੰਦਾ ਰੋਜ਼ ਸਿੱਖ ਉੱਦਾਂ ਦਾ ਹਰ ਕੰਮ ਵਿੱਚ ਹੀ ਰੋਜ਼ ਸਿੱਖਦਾ, ਚਾਹੀਦਾ ਤਾਂ ਇਹੀ ਆ ਕਿ ਜਦੋਂ ਹੁਣ ਜਿਹੜਾ ਰਾਜਗਿਰੀ ਕੋਈ ਕਰਦਾ ਹਨਾ, ਹਾਂਜੀ, ਤੇ ਉਹ ਤੁਸੀਂ ਇਹੀ ਸੋਚਦੇ ਆ ਵੀ ਜਦੋਂ 15 ਸਾਲਾਂ ਦਾ ਸੀਗਾ ਉਹਦੇ ਨਾਲੋਂ ਹੁਣ 50 ਸਾਲ ਦਾ ਹੋ ਕੇ ਟੀਪ ਵਧੀਆ ਕਰੂਗਾ, ਹਨਾ ਜੀ। ਤੇ ਪਰ ਇੱਕ ਕਹਿੰਦੇ ਕਿਸੇ ਰਾਜ ਮਿਸਤਰੀ ਨੇ ਕਿਸੇ ਦਾ ਕੋਠਾ ਬਣਾਉਣ ਲੱਗਾ ਨਾ, ਪਾਕਿਸਤਾਨ ਦੀ ਗੱਲ ਆ, ਹਾਂਜੀ, ਤੇ ਉਹ ਕਹਿੰਦੇ ਕੋਠਾ ਬਣ, ਚਲੋ ਕਿਤੇ ਦੀ ਵੀ ਹੋਈ, ਪਰ ਉਹ ਕੋਠਾ ਬਣਾਉਣ ਲੱਗਾ ਤੇ ਹੁਣ ਥੱਲਿਓ ਕੰਧਾਂ ਸ਼ੁਰੂ ਕਰ ਲਈਆਂ, ਉਹਨਾਂ ਨੇ ਸ਼ਤੀਰ ਸੀਗੇ ਉਹਨਾਂ ਕੋਲ ਪੁਰਾਣੇ ਕੋਠੇ ਦੇ ਪਹਿਲਾਂ, ਤੇ ਉਹਨਾਂ ਨੇ ਨਵੀਆਂ ਕੰਧਾਂ ਬਣਾ ਲਈਆਂ ਤੇ ਜਦੋਂ ਉੱਪਰ ਜਾ ਕੇ ਸ਼ਤੀਰ ਰੱਖਿਆ ਤਾਂ ਉਹ ਸ਼ਤੀਰ ਵਿੱਚ ਡਿੱਗ ਪਿਆ ਹੈ, ਤੇ ਉਹ ਕੰਧਾਂ ਉੱਪਰੋਂ ਜਾ ਕੇ ਬੜੀਆਂ ਹੋ ਗਈਆਂ, ਤੇ ਉਹ ਬਜਾਏ ਕਿ ਇਹ ਕਹਿਣ ਦੇ ਕਿ ਮੇਰੇ ਤੋਂ ਕੰਧਾਂ ਬੜੀਆਂ ਹੋ ਗਈਆਂ ਤਾਂ ਉੱਪਰੋਂ ਹੀ ਰੌਲਾ ਪਵੇ, ਕਹਿੰਦਾ ਦੇਖੋ ਦੇਖੋ, ਕਹਿੰਦਾ ਅੱਲਾ ਨੇ ਇਹਨਾਂ ਦਾ ਘਰ ਉੱਪਰੋਂ ਬੜਾ ਕਰ ਦਿੱਤਾ ਹੈ। ਇੱਕ ਸਾਡੇ ਪਿੰਡ ਵੀ ਗੱਲ ਕਰਦੇ ਹੁੰਦੇ ਸੀ, ਪਤਾ ਨੀ ਹੁਣ, ਕਈ ਵਾਰ ਮੰਡੇ ਗੱਲ ਕਰਦੇ ਸੀਗੇ, ਮਿਸਤਰੀ ਸੀਗਾ ਕੋਈ ਵੀ, ਉਹਨੇ ਕਹਿੰਦੇ ਤਾਂ ਸਾਡੇ ਪਿੰਡ ਦਾ ਹੀ ਸੀਗਾ, ਚਲੋ ਨਾ ਕੀ ਲੈਣਾ, ਵੀ ਉਹਨੇ ਅਖੇ ਕਿਸੇ ਦੀ ਕੰਧ ਕੱਢੀ ਤੇ ਕੰਧ ਏਦਾਂ ਝੱਪ ਜਿਹਾ ਕੱਢਤਾ ਵਿੱਚੋਂ, ਕੰਧ ਜਿਹੜੀ ਮਤਲਬ ਬਾਹਰ ਨੂੰ ਕੱਢਤਾ ਢਿੱਡ ਜਿਹਾ ਕੰਧ ਦਾ, ਤੇ ਉਹ ਆਂਦੇ ਵੀ ਬਜ਼ੁਰਗ ਮਾਤਾ ਆਂਦੀ ਵੀ ਇਹ ਤੇ ਕੰਧ ਟੇਢੀ ਆ, ਆਂਦਾ ਮਾਤਾ ਇਹ ਦੋ ਤਿੰਨਾਂ ਤੋਂ ਬਾਅਦ ਆਪੇ ਸਿੱਧੀ ਹੋ ਜਾਣੀ ਆ। ਸੋ ਗੱਲ ਆ ਕਿ ਕਈ ਵਾਰੀ ਲਕੀਰ ਦੇ ਫਕੀਰ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ, ਹਨਾ, ਤੇ ਉਹ ਕਹਿੰਦੇ ਮੈਨੂੰ ਤਾਂ ਬਸ ਏਦਾਂ ਦੱਸਿਆ ਸੀ, ਮੈਂ ਏਦਾਂ ਹੀ ਕਰਨਾ। ਇਹ ਨਹੀਂ ਕਿ ਬੰਦਾ ਨਾਲੋਂ ਨਾਲ ਅਡੈਪਟ ਕਰੀ ਜਾਵੇ, ਤੇ ਸਿੱਖਣਾ ਸਿੱਖਣਾ ਬਹੁਤ ਜ਼ਰੂਰੀ। ਸਿੱਖਣਾ ਤਾਂ ਵੇਖੋ ਬਹੁਤ ਸਾਰੇ ਇਸ ਚੀਜ਼ ਨੂੰ ਲਾਈਕ ਮਤਲਬ ਮੰਨਦੇ ਹੀ ਨਹੀਂ ਆ, ਹਨਾ, ਬਹੁਤ ਲੋਕ ਮੈਂ ਦੇਖਿਆ ਕਿ ਬਹੁਤ ਮੰਨਦੇ ਹੀ ਨਹੀਂ ਆ। ਸੋ ਅੱਜ ਹੁਣ ਤਾਂ ਕਈ ਵਾਰੀ ਇੱਦਾਂ ਹੁੰਦਾ ਕਿ ਪਤਾ ਨਹੀਂ ਸਮਾਂ ਆਪਣੇ ਹਿਸਾਬ ਨਾਲ ਸਾਰੀ ਸਾਰੀ ਦੁਨੀਆਂ ਦਾ ਹੀ ਔਰਾ ਬਦਲ ਜਾਂਦਾ ਹੈ, ਇਨਵਾਇਰਮੈਂਟ ਹੀ ਚੇਂਜ ਹੋ ਜਾਂਦਾ ਹੈ ਸਾਰਾ। ਸੋ ਉਹਦੇ ਹਿਸਾਬ ਨਾਲ ਹੀ ਹੁਣ ਥੋੜ੍ਹਾ ਜਿਹਾ ਜਿੱਦਾਂ ਪੇਸ਼ੈਂਸ ਲੈਵਲ ਸਾਰਿਆਂ ਦਾ ਹੀ ਘੱਟ ਆ, ਉਹਦੇ 'ਚ ਅਸੀਂ ਵੀ ਆ ਜਾਂਦੇ ਹਾਂ, ਕੋਈ ਵੀ ਤੁਸੀਂ ਵੀ ਆ ਜਾਂਦੇ ਆ, ਜੋ ਕੋਈ ਵੀ ਉਹਦੇ ਹਿਸਾਬ ਨਾਲ ਵੀ ਕਈ ਵਾਰ ਤੁਹਾਡੇ ਲਈ ਚੁਣੌਤੀਆਂ ਜ਼ਿਆਦਾ ਹੋ ਜਾਂਦੀਆਂ, ਚੁਣੌਤੀਆਂ ਬਹੁਤ ਹੋ ਜਾਂਦੀਆਂ। ਤੇ ਉਹੀ ਜਿੱਦਾਂ ਹੁਣ ਸਾਡਾ ਕਲਾਸੀਕਲ ਮਿਊਜ਼ਿਕ ਹੁੰਦਾ ਸੀ, ਤੇ ਉਹਦੇ ਵਿੱਚ ਪਹਿਲਾਂ ਜਾ ਕੇ 40-40, 50-50 ਮਿੰਟ ਇੱਕ ਰਾਗ ਗਾਣਾ, 40-50 ਮਿੰਟ ਉਹਦਾ ਲਾ ਪੇ ਕਰੀ ਜਾਣਾ, ਹਨਾ। ਹਾਂਜੀ, ਤੇ ਜੀ ਮੈਨੂੰ ਯਾਦ ਆ, ਅਸੀਂ ਵੀ ਅੱਜ ਜਦੋਂ ਸਾਡਾ MA ਦਾ ਲੈਕਚਰ ਹੁੰਦੇ ਸੀਗੇ ਵੋਕਲ ਦੇ,
ਤੇ ਉਹ ਵੀ ਸਾਡਾ ਪਹਿਲੋਂ ਇੱਕ ਘੰਟਾ ਸਾਨੂੰ ਜਾਂਦੇ ਪਹਿਲੋਂ ਸਾ ਉਹਨਾਂ ਕਹਿਣਾ ਕਿ ਸਾ ਲਾਓ, ਉਸ ਤੋਂ ਬਾਅਦ ਜਿਹੜਾ ਅੱਗੇ ਕੋਈ ਖਿਆਲ ਜਾਂ ਠੁਮਰੀ ਜਾਂ ਉਹ ਚੀਜ਼ ਉਸ ਤੋਂ ਬਾਅਦ ਉਹਦੀ ਅਭਿਆਸ ਸ਼ੁਰੂ ਕਰਾਂਗੇ। ਹਾਂ ਨਹੀਂ ਪਰ ਸਟੇਜ ਤੇ ਵੀ ਇਦਾਂ ਹੀ ਆ। ਹੁਣ ਤੁਸੀਂ ਹਰੀ ਪ੍ਰਸਾਦ ਚੁਰਸੀਆ ਉਹਨਾਂ ਦੀ ਬਾਂਸਰੀ ਸੁਣਨ ਲੱਗ ਪਾਓ, ਉਹ 30-40 ਮਿੰਟ ਤਾਂ ਜਾ ਕੇ ਪਹਿਲਾਂ ਲਾ ਪੇ ਕਰਦੇ ਉਸ ਰਾਗ ਦੇ ਵਿੱਚ। ਜੀ 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 ਤੇ ਪਰ ਜੇ ਤੁਸੀਂ ਉਹੀ ਚੀਜ਼ ਹੁਣ ਜਦੋਂ ਗਜ਼ਲਾਂ ਆਈਆਂ, ਜਦੋਂ ਮਹਿੰਦੀ ਹਸਨ ਹੁਣੀ ਰਾਗਾਂ 'ਚ ਗਜ਼ਲਾਂ ਗਾਉਣ ਲੱਗੇ, ਉਹਨਾਂ ਨੂੰ ਉਹ 15 ਸਕਿੰਟ ਵਿੱਚ ਰਾਗ ਸਟੈਬਲਿਸ਼ ਕਰਕੇ ਉਹਨਾਂ ਨੇ ਗਜ਼ਲ ਸ਼ੁਰੂ ਕਰਨੀ ਆ। ਹਾਂਜੀ ਉਧਰੋਂ ਹੁਣ ਜਿਹੜੇ ਸਾਡੇ ਗੀਤ ਆ ਗਏ, ਉਹ ਗੀਤ ਇਹ ਆ ਵੀ 15 ਸਕਿੰਟ 'ਚ ਸਥਾਈ ਨਹੀਂ ਮੁੱਕੀ ਤਾਂ ਅਗਲੇ ਨੇ ਬੰਦ ਕਰ ਦੇਣਾ, ਅਗਲੇ ਨੇ ਹੋਰ ਲਾ ਲੈਣਾ। ਬੰਦ ਕਰ ਦੇਣਾ, ਬਿਲਕੁਲ ਸਹੀ ਗੱਲ। ਉਹ ਗਾਣੇ ਵੀ ਵੇਖੋ 2-2.5 ਮਿੰਟ ਦੇ ਹੋ ਗਏ, 2.5-3 ਮਿੰਟ। ਹਾਂ 3 ਮਿੰਟ ਦਾ ਤੇ ਗਾਣਾ ਹੁਣ ਟੀਵੀ ਨਹੀਂ ਚਲਾਉਂਦਾ, ਟੀਵੀ ਵਾਲੇ ਵੀ ਕਹਿੰਦੇ ਵੀ ਗਾਣਾ ਛੋਟਾ ਦਿਓ ਵੀ ਇੰਨੇ ਟਾਈਮ ਨੂੰ ਤਾਂ ਰਿਮੋਟ ਬਦਲ ਦਿੰਦੀ ਜਾਂਦਾ। ਹਾਂ ਮੈਨੂੰ ਇੱਕ ਦਿਨ ਪੌਪਸੀ ਨੇ ਕਿਹਾ, ਪੌਪਸੀ ਕਹਿੰਦਾ ਮੈਂ ਕਿਸੇ ਦਾ ਕਹਿੰਦਾ ਗਾਣਾ ਮਿਕਸ ਕਰਨਾ ਸੀ, ਕਹਿੰਦਾ ਭਾਜੀ ਇਹਨਾਂ ਦਾ ਗਾਣਾ ਵੀ ਪੁਰਾਣੇ ਸਟਾਈਲ ਦਾ ਬਹੁਤ ਲੰਮਾ, 4-4.5 ਮਿੰਟ ਦਾ। ਤੇ ਪਰ ਜ਼ਮਾਨਾ ਬਦਲ ਗਿਆ ਜੀ। ਤੇ ਚਲੋ ਬਹੁਤ ਬਹੁਤ ਮਹਾਰਾਜ ਧੰਨਵਾਦ ਜੀ ਸਮਾਂ ਕੱਢਣ ਲਈ। ਧੰਨਵਾਦ ਭਾਜੀ, ਬੜਾ ਮਜ਼ਾ ਆਇਆ। ਸੋਰੀ ਪਰ ਮੈਂ ਆਪਾਂ ਕਾਫੀ ਦਿਨਾਂ ਦੇ ਲੱਗੇ ਸੀ। ਹਾਂਜੀ ਨਹੀਂ ਪਰ ਤੁਸੀਂ ਟ੍ਰੈਵਲ ਚ ਸੀਗੇ, ਇੱਦਾਂ ਹੋ ਜਾਂਦਾ ਤੇ ਕੋਈ ਗੱਲ ਨਹੀਂ। ਹਾਂਜੀ ਬਾਕੀ ਬਹੁਤ ਮਜ਼ਾ ਆਇਆ, ਗੱਲਾਂ ਤਾਂ ਇੰਨੀਆਂ ਆ ਕਿ ਮੈਨੂੰ ਲੱਗਦਾ ਆਪਾਂ ਸਾਰਾ ਦਿਨ ਨਹੀਂ ਆਪਾਂ ਹੁਣ ਆ ਰਹੇ ਆ ਤੁਹਾਡੇ ਕੋਲ ਛੇਤੀ, ਤੇ ਫਿਰ ਆਪਾਂ ਬੈਠ ਕੇ ਕਿਸੇ ਦਿਨ ਕਰਾਂਗੇ। ਹਾਂਜੀ ਆਪਾਂ ਬੈਠਾਂਗੇ, ਬੈਠ ਕੇ ਕਰਾਂਗੇ। ਬਹੁਤ ਵਧੀਆ, ਚਲੋ ਬਹੁਤ ਬਹੁਤ ਸ਼ੁਕਰੀਆ ਜੀ। ਠੀਕ ਹੈ ਭਾਜੀ, ਤੇ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਬਹੁਤ ਪਿਆਰ, ਬਹੁਤ ਸਤਿ ਸ਼੍ਰੀ ਅਕਾਲ। ਪੰਜਾਬੀ ਪੋਡਕਾਸਟ ਨੂੰ ਸੁਣਨ ਲਈ ਬਹੁਤ ਬਹੁਤ ਧੰਨਵਾਦ। ਮੈਂ ਇੱਥੇ ਦੱਸ ਦਿਆਂ ਕਿ ਸਾਡੇ ਪੰਜਾਬੀ ਵਿਰਸਾ 2022 ਦੇ ਸ਼ੋਅ ਕੈਨੇਡਾ ਦੇ ਵਿੱਚ 30 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਨੇ। ਸ਼ੋਅ ਤਾਂ ਕਈ ਆ ਪਰ ਮੈਂ ਪਹਿਲਾਂ ਬਾਅਦ ਵਿੱਚ ਵੀ ਆਪਾਂ ਗੱਲਬਾਤ ਕਰਾਂਗੇ ਇਹਦੇ ਬਾਰੇ, ਪਰ ਪਹਿਲੇ ਜਿਹੜੇ ਸਾਡੇ 4-5 ਸ਼ੋਅ ਨੇ ਉਹ ਜੁਲਾਈ 30 ਦੇ ਵਿੱਚ ਹੈ ਜੀ ਸੈਸਕਾਟੂਨ ਦੇ ਵਿੱਚ। ਜੇ ਤੁਸੀਂ ਉੱਥੇ ਰਹਿੰਦੇ ਹਾਂ ਤਾਂ ਜ਼ਰੂਰ ਆਓ, ਮਿਲੋ, ਸ਼ੋਅ ਦੇਖੋ। ਆਪਾਂ ਪੰਜਾਬੀ ਦੀਆਂ, ਪੰਜਾਬੀ ਵਿਰਸੇ ਦੀਆਂ ਗੱਲਾਂ ਕਰਾਂਗੇ, ਨਵੇਂ ਗੀਤ ਗਾਵਾਂਗੇ, ਪੁਰਾਣੇ ਗੀਤ ਗਾਵਾਂਗੇ, ਸਾਜ ਬਾਜ ਪੂਰੇ ਵਜਾਵਾਂਗੇ। ਅਤੇ ਉਸ ਤੋਂ ਬਾਅਦ 6 ਅਗਸਤ ਨੂੰ ਐਡਮਿੰਟਨ, 7 ਨੂੰ ਕੈਲਗਰੀ, 13 ਨੂੰ ਵਿਨੀਪੈਗ ਅਤੇ 20 ਨੂੰ ਟੋਰੋਂਟੋ ਦੇ ਵਿੱਚ। ਅਤੇ ਇਹ ਸਾਰੀ ਜਗ੍ਹਾ ਆਓ ਜੀ। ਅਤੇ ਇਹਦੀਆਂ ਟਿਕਟਾਂ ਲੈਣ ਲਈ ਜਾਂ ਹੋਰ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੋਵੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਆ info@plasmarecords.com, ਅਤੇ ਜਾਂ ਤੁਸੀਂ plasmarecords.com 'ਤੇ ਜਾ ਕੇ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਲੈ ਸਕਦੇ ਹਾਂ। ਜਿਹੜੀਆਂ ਟਿਕਟਾਂ ਔਨਲਾਈਨ ਮਿਲਦੀਆਂ ਉਹਦੀਆਂ ਅਸੀਂ ਉਹਦੇ ਅਸੀਂ ਉੱਥੇ ਲਿੰਕ ਵੀ ਪਾ ਦਿੱਤੇ ਹੋਏ ਆ। ਅਤੇ ਜਿਹੜੇ ਜਿਹੜੇ ਸ਼ਹਿਰ ਵੀ ਆਪਾਂ ਤੁਹਾਨੂੰ ਮਿਲ ਸਕਦੇ ਹਾਂ ਆਓ, ਉੱਥੇ ਮਿਲਦੇ ਹਾਂ। ਅਤੇ ਪੰਜਾਬੀ ਪੋਡਕਾਸਟ ਦੇ ਅਗਲੇ ਐਪੀਸੋਡ ਦੇ ਵਿੱਚ ਅਗਲੇ ਸ਼ੁੱਕਰਵਾਰ ਨੂੰ ਮਿਲਾਂਗੇ। ਮੈਨੂੰ ਤਦ ਤੱਕ ਲਈ ਆਗਿਆ ਦਿਓ। ਸੰਗਤਾਰ ਵੱਲੋਂ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।